암लेश्वर ਦਾ ਨੋਵਲ ਹੈ ਡਾਰਕ ਬੰਗਲਾ ਪਹਿਲਾ ਅੰਗ ਅੱਜ ਵੀ ਜਦੋਂ ਮੈਂ ਇਹਾਰੇ ਬਾਰੇ ਸੋਚਦਾ ਹਾਂ ਤਾਂ ਉਹਦੀ ਸ਼ਕਲ ਸੂਰਤ ਤੋਂ ਵੱਧ ਮੈਨੂੰ ਮੇਜਰ ਸੁਲੰਕੀ ਬੱਤਰਾ ਡਾਕਟਰ ਤੇ ਵਿਮਲ ਯਾਦ ਆਉਂਦੇ ਹਨ ਮੇਰੇ ਕੰਨਾਂ 'ਚ ਕਦੇ ਦੌੜਦੇ ਹੋਏ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਗੂੰਜਣ ਲੱਗਦੀ ਹੈ ਕਦੇ ਬੱਤਰਾ ਦਾ ਕੈਦ ਪਰਛਾਵਾਂ ਯਾਦ ਆਉਂਦਾ ਹੈ ਕਦੇ ਡਾਕਟਰ ਦੀ ਉਹ ਗੱਲ ਹੁਣ ਜਿਵੇਂ ਤੁਹਾਡੀ ਮਰਜ਼ੀ ਤੇ ਕਦੇ ਵਿਮਲ ਦਾ ਧਿਆਨ ਆਉਂਦਾ ਹੈ ਜਿਹਦੇ ਸਰੀਰ 'ਚ ਮੁੜ ਕੇ ਨਾਲ ਕੰ ਕੰਡੇ ਉੱਗ ਪੈਂਦੇ ਸਨ ਮੇਰੇ ਸਾਹਮਣੇ ਕਸ਼ਮੀਰ ਦੀ ਉਹ ਮੰਜ਼ਰ ਅੱਜ ਵੀ ਘੁੰਮ ਜਾਂਦੀ ਹੈ ਜਿੱਥੇ ਇਰਾ ਨੇ ਮੈਨੂੰ ਸਭ ਕੁਝ ਦੱਸਿਆ ਸੀ ਕਈ ਵਾਰ ਮੈਂ ਕੋਸ਼ਿਸ਼ ਕੀਤੀ ਕਿ ਇਸ ਗੱਲ ਨੂੰ ਜੋ ਰਹਿ ਰਹਿ ਕੇ ਮੇਰੇ ਦਿਲ ਚੁੱਟਦੀ ਰਹਿੰਦੀ ਹੈ ਕਹਾਣੀ ਦੇ ਰੂਪ ਚ ਲਿਖ ਛੱਡਾਂ ਪਰ ਪਿਛਲੇ 3 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਲਿਖ ਨਹੀਂ ਸਕਿਆ ਅੱਜ ਇਹਨੂੰ ਲਿਖਣ ਬੈਠਾ ਪਰ ਤਾਂ ਵੀ ਇਸ ਗੱਲ ਦਾ ਯਕੀਨ ਨਹੀਂ ਕਿ ਇਹਨੂੰ ਪੂਰੀ ਕਰ ਵੀ ਸਕਾਂਗਾ ਕਿਉਂਕਿ ਬਹੁਤ ਸੋਚਣ ਦੇ ਬਾਅਦ ਵੀ ਮੈਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ ਨਹੀਂ ਮੈਂ ਇਰਾ ਨੂੰ ਪਛਾਣ ਨਹੀਂ ਸਕਿਆ। ਇਹ ਹੀ ਲੱਗਦਾ ਹੈ ਕਿ ਉਸ ਲਈ ਸਭ ਕੁਝ ਕਰ ਸਕਦਾ ਸੀ। ਕਸ਼ਮੀਰ, ਇਰਾ ਸੁਲੰਕੀ ਤੇ ਮੇਰੇ ਨਾਲ ਧੁੰਦ ਲਈ ਤਿੰਨ ਪਰਛਾਵੇਂ। ਸਭ ਇੱਕਦਮ ਰਲ ਗੱਡ ਹੋ ਗਏ। ਜਦੋਂ ਵੀ ਲਿਖਣ ਬੈਠਾ ਕਸ਼ਮੀਰ ਦੇ ਦ੍ਰਿਸ਼ਾਂ ਨੂੰ ਉਤਾਰਦਾ ਉਤਾਰਦਾ ਹੀ ਥੱਕ ਗਿਆ। ਇਰਾ ਪਤਾ ਨਹੀਂ ਕਿੱਥੇ ਲੁਪ ਹੋ ਗਈ। ਕਸ਼ਮੀਰ ਨੂੰ ਲੈ ਕੇ ਕਹਾਣੀ ਲਿਖਣ 'ਚ ਇੱਕ ਬੇਈਮਾਨੀ ਦਾ ਬੋਧ ਵੀ ਹੁੰਦਾ ਹੈ। ਇਹ ਘਟਨਾ ਕਿਧਰੇ ਵੀ ਵਾਪਰ ਸਕਦੀ ਸੀ। ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਪਰ ਸੁੰਦਰਤਾ ਪ੍ਰਤੀ ਇਰਾਦਾ دیوانਾ ਪਰ ਮੈਨੂੰ ਮਜਬੂਰ ਕਰਦਾ ਹੈ ਕਿ ਮੈਂ ਘੱਟੋ-ਘੱਟ ਉਸ ਪ੍ਰਤੀ ਅਨਿਆਨ ਨਾ ਕਰਾਂ ਤੇ ਜਦੋਂ ਮੈਂ ਇਸ ਪ੍ਰੇਰਨਾ 'ਚ ਗੜੂੰਦ ਹੋ ਕੇ ਲਿਖਣਾ ਸ਼ੁਰੂ ਕਰਦਾ ਤਾਂ ਕਸ਼ਮੀਰ ਦੀ ਅਨੰਤ ਖੂਬਸੂਰਤੀ ਮੇਰੇ ਉੱਪਰ ਹਾਵੀ ਹੋ ਜਾਂਦੀ ਹੈ ਮੇਰੇ ਕੰਨਾਂ 'ਚ ਘੋੜੇ ਦੀਆਂ ਟਾਪਾਂ ਦੀ ਆਵਾਜ਼ ਗੂੰਜਣ ਲੱਗਦੀ ਹੈ ਹੌਲੀ-ਹੌਲੀ ਹਿਲਦੀਆਂ ਹੋਈਆਂ ਚੀੜਦੀਆਂ ਟਹਿਣੀਆਂ ਮੈਨੂੰ ਸਪਸ਼ਟ ਦਿਸਣ ਲੱਗਦੀਆਂ ਹਨ ਪਹਿਲਗਾਮ ਤੋਂ ਆੜੂ ਦਾ ਰਾ ਖੱਬੇ ਪਾਸੇ ਲਿੱਦਰ ਵਗ ਰਿਹਾ ਹੈ ਸੱਜੇ ਪਾਸੇ ਪਹਿਲੀ ਪਹਾੜੀ ਕਾਹ ਫੁੱਲਾਂ ਨਾਲ ਟੱਕੀ ਹੋਈ ਹੈ ਉਹਦੀ ਵੱਖੀ ਚੋਈ ਤੰਗ ਰਾਹ ਜਾ ਰਿਹਾ ਹੈ ਥਾਂ ਥਾਂ ਤੇ ਸੰਘਣੀਆਂ ਕੰਡਿਆਲੀਆਂ ਝਾੜੀਆਂ ਹਨ ਪੱਥਰਾ ਨਾਲ ਉਬਰੀ ਹੋਈ ਲਕੀਰ ਉਸ ਬਰੀਕ ਰਾਹ ਦੀ ਦਿਸ਼ਾ ਦੱਸ ਰਹੀ ਹੈ ਨਦੀ ਦਾ ਸ਼ੋਰ ਘੋੜੇ ਦੀਆਂ ਟਾਪਾਂ ਨਾਲ ਜਿਵੇਂ ਪੱਛਮੀ ਸੰਗੀਤ ਦਾ ਕੰਮ ਕਰ ਰਿਹਾ ਹੈ ਦੂਰ ਰਹਿ ਗਏ ਪੈਲਗਾਮ ਦੀ ਚੈਲ ਪੈਲ ਹਿੰਜਕਵਾਚ ਗਈ ਹੈ ਜਿਵੇਂ ਕਿਸੇ ਨੇ ਬੂਆ ਬੰਦ ਕਰਕੇ ਕਿਸੇ ਫੈਕਟਰੀ ਤੋਂ ਬਾਹਰ ਕੱਢ ਦਿੱਤਾ ਹੋਵੇ ਲਿੱਦਰ ਦੀ ਧਾਰ ਚ ਲੱਕੜ ਦੇ ਲੱਠੇ ਪੈਂਦੇ ਆ ਰਹੇ ਹਨ ਘੁੰਮਦੇ ਚਕਰਾਉਂਦੇ ਸਿੱਧੀ ਧਾਰ ਚ ਪੈਂਦੇ ਸ਼ੀਸ਼ੇ ਦੀ ਸਤਾ ਤੇ ਫਿਸਲਦੇ ਹੋਏ ਪਰ ਰਸਤਾ ਇੰਨਾ ਉੱਪਰ ਚੜ ਗਿਆ ਕਿ ਉਹਦਾ ਰੌਲਾ ਉੱਪਰ ਤੱਕ ਸੁਣਾਈ ਨਹੀਂ ਦਿੰਦਾ ਹੀਠਾਂ ਗਤੀ ਹੈ ਦ੍ਰਿਸ਼ ਹਨ ਤੇ ਚਟਾਨਾਂ ਨਾਲ ਟਕਰਾਂਦੀ ਹੋਈ ਧਾਰ ਹੈ ਉੜਦੇ ਹੋਏ ਜਲ ਪੰਖੇਰਗਾਂ ਦੀ ਕਤਾਰ ਹੈ ਖਾਮੋਸ਼ ਖੜੇ ਜੰਗਲ ਹਨ ਜਾਂ ਚਟਾਨਾਂ ਦੇ ਉਹਲੇ ਰੁੱਕ ਕੇ ਸਾਹ ਲੈਂਦੇ ਹੋਏ ਲੱਕੜ ਦੇ ਲੱਠੇ ਹਨ ਜਲ ਫੇਨ ਟਾਗਟ ਤੈਰਦੇ ਹੋਏ ਚਿੱਟੇ ਫੁੱਲਾਂ ਦੇ ਗੁੱਛੇ ਹਨ ਕਿੰਨੇ ਰੁਕਾਵਟ ਨਾਲ ਟਕਰਾ ਕੇ ਖਿਲਰੇ ਹੋਏ ਜਲਬੀਜ ਹਨ ਪਰੇ ਆਵਾਜ਼ ਵੀ ਹੋਣੀ ਵੀ ਹੋਣੀ ਜਿਵੇਂ ਅਚਾਨਕ ਸਿਨੇਮਾ ਚ ਆਵਾਜ਼ ਬੰਦ ਹੋ ਗਈ ਹੋਵੇ ਫਿਰ ਇੱਕਦਮ ਉਹੀ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੋਲੰਕੀ ਛੱਟਪਟ ਘੋੜਾ ਦੜਾਉਂਦਾ ਹੋਇਆ ਆੜੂ ਦੇ ਡਾਕ ਬੰਗਲੇ ਵੱਲ ਦੌੜਿਆ ਜਾ ਰਿਹਾ ਉਹਨੂੰ ਇਸ ਗੱਲ ਦਾ ਵੀ ਧਿਆਨ ਨਹੀਂ ਕਿ ਰਾਤੀ ਬਾਰਿਸ਼ ਹੋ ਚੁੱਕੀ ਹੈ ਤੇ ਘੋੜਾ ਫਿਸਲ ਸਕਦਾ ਹੈ ਘੋੜੇ ਦੇ ਖੁਰ ਜ਼ਮੂਨ ਜ਼ਮੀਨ ਤੇ ਪੈੰਦੇ ਨਜ਼ਰ ਹੀ ਨਹੀਂ ਆ ਰਹੇ ਜਿਵੇਂ ਉਹਦੀਆਂ ਪਿਛਲੀਆਂ ਲੱਤਾਂ ਹੰਸ ਵਾਂਗ ਹਵਾ ਨੂੰ چیرਦੀਆਂ ਜਾ ਰਹੀਆਂ ਹੋਣ ਤੇ ਸੁਲੰਕੀ ਲਗਾਮ ਕੱਸ ਕੇ ਉਹਦੀ ਧੌਣ ਤੇ ਦੋਰਾ ਹੁੰਦਾ ਜਾ ਰਿਹਾ ਹੋਵੇ। ਇਹ ਤਸਵੀਰ ਦਾ ਇੱਕ ਪਹਿਲੂ ਹੈ। ਅਚਾਨਕ ਇਹਰਾ ਮਿਲ ਗਈ। ਮੈਂ ਸੁਲੰਕੀ ਨੂੰ ਜਾਣਦਾ ਵੀ ਨਹੀਂ ਸੀ ਉਸ ਵੇਲੇ ਅਸੀਂ ਪਹਿਲਗਾਮ 'ਚ ਸੀ ਤੇ ਤਸਵੀਰ ਦਾ ਦੂਜਾ ਪਹਿਲੂ ਇਹ ਹੈ। ਰਾਤ ਨੂੰ ਆਏ ਤੂਫਾਨ 'ਚ ਬਿਜਲੀ ਦਾ ਤਾਰ ਟੁੱਟ ਗਿਆ ਸੀ। ਮੋਮਬਤੀ ਦੀ ਮੱਧਮ ਰੌਸ਼ਨੀ ਵਿੱਚ ਹਰ ਚੀਜ਼ ਧੁੰਦਲੀ ਧੁੰਦਲੀ ਲੱਗ ਰਹੀ ਸੀ। ਜਿਵੇਂ ਤੰਬੂਜ ਧੁੰਦ ਭਰ ਗਈ ਹੋਵੇ। ਮੈਂ ਪਾਫ ਦੀ ਪੱਟੀ 'ਚ ਬੰਦ ਸੀ ਜਿਸ 'ਚ ਮੁੰਬਤੀ ਦੀ ਲੋ ਇੱਕ ਸ਼ੋਲੇ ਵਾਂਗ ਚਮਕ ਰਹੀ ਸੀ। ਹਰ ਚੀਜ਼ ਤੇ ਮੋਮ ਜਮਾ ਪਿਆ ਹੋਇਆ ਸੀ। ਬਾਹਰ ਦੀ ਹਵਾ ਅਜੇ ਵੀ ਸਾਂਸਾਂ ਕਰ ਰਹੀ ਸੀ। ਤੰਬੂ ਦੀ ਉੱਪਰਲੀ ਪਰਤ ھیਠਾਂ ਝੁਕਦੀ ਤੇ ਲਟਕੇ ਹੋਏ ਕੱਪੜੇ ਵਿਆਕੁਲ ਜੀਵਾ ਵਾਂਗ ਕੰਬਦੇ ਤੇ ਉਹਨਾਂ ਦੇ ਪਰਛਾਵੇਂ ਬੜੀ ਦੇਰ ਤੱਕ ਪੈਂਡੂਲਮ ਵਾਂਗ ਇੱਕ ਸੀਮਾ ਵਿੱਚ ਹਿਲਦੇ ਰਹਿੰਦੇ। ਰਾਤ ਦੇ ਬੱਦਲ ਜਿਵੇਂ ਆਕਾਸ਼ ਵਿੱਚ ਹੀ ਰੁਕੇ ਹੋਏ ਸਨ। ਪਹਿਲਗਾਮ ਦੀ ਬਸਤੀ ਨੀਂਦ ਦੀ ਖੁਮਾਰੀ ਵਿੱਚ ਸੀ। ਦੂਰ ਦੱਖਣ ਵਾਲੀ ਪਹਾੜੀ ਤੇ ਲੱਗੇ ਹੋਏ ਤੰਬੂਆਂ ਦੀਆਂ ਰੌਸ਼ਨੀਆਂ ਮਸ਼ਾਲਾ ਵਾਂਗ ਚਮਕ ਰਹੀਆਂ ਸਨ। ਚੀੜ ਦੇ ਜੰਗਲ ਤੋਂ ਗੁਜ਼ਰਦੀ ਹਵਾ ਦੀ ਆਵਾਜ਼ ਕਿਸੇ ਨਜ਼ਦੀਕੀ ਸੜਕ ਤੋਂ ਲਗਾਤਾਰ ਜਾਂਦੀਆਂ ਹੋਈਆਂ ਕਾਰਾਂ ਵਾਂਗ ਆ ਰਹੀ ਸੀ। ਭਿੱਜੇ ਹੋਏ ਘਾਹ ਦੀ ਮਹਿਕ ਚਾਰੇ ਪਾਸੇ ਭਰੀ ਹੋਈ ਸੀ। ਅਖੀਰ ਚਾਦਰ ਲਪੇਟ ਕੇ ਮੈਂ ਉੱਠਿਆ। ਤੰਬੂ ਦਾ ਸਾਹਮਣੇ ਵਾਲਾ ਭਾਰੀ ਪਰਦਾ ਹਟਾ ਕੇ ਮੈਂ ਬਾਹਰ ਚੱਕਿਆ। ਐਲਪਾਈਨ ਹੋਟਲ ਫੈਲੇ ਹੋਏ ਬੱਦਲਾਂ ਦੇ ਘੇਰੇ ਚ ਨੁਕੀਲੇ ਕਾਲੇ ਪਹਾੜਾ ਵਾਂਗ ਲੱਗ ਰਿਹਾ ਸੀ। ਇਰਾਦੇ ਕਮਰੇ 'ਚ ਰੌਸ਼ਨੀ ਨਹੀਂ ਸੀ। ਇੱਕਦਮ ਰੌਸ਼ਨੀ ਟਿਮਟਿਮਾਈ ਤੇ ਫੈਲ ਗਈ। ਕੋਈ ਦੇਵਦੂਤ ਘਾਟੀ 'ਚ ਦੀਵਾ ਲੈ ਕੇ ਮੇਰੇ ਵੱਲ ਆ ਰਿਹਾ ਸੀ। ਉਹ ਸੋਜਾਲੇ ਦੀ ਪ੍ਰਤੀਤਿ ਹੀ ਕਾਫੀ ਸੀ। ਹਨੇਰੇ 'ਚ ਜਿਵੇਂ ਕਿਸੇ ਰੌਸ਼ਨ ਸੁਰੰਗ ਦਾ ਗੋਲ ਦਰਵਾਜ਼ਾ ਖੁੱਲ ਗਿਆ ਹੋਵੇ। ਉਸੇ ਸੁਪਨੇ ਵਰਗੀ ਰੌਸ਼ਨੀ ਵਿੱਚ ਖਿੜਕੀ ਦੇ ਸ਼ੀਸ਼ਿਆਂ ਤੇ ਨੀਂਦ ਦੇ ਸਮੁੰਦਰ ਤੋਂ ਇੱਕ ਅੰਗੜਾਈ ਲੈਂਦਾ ਹੋਇਆ ਪਰਛਾਵਾਂ ਹੌਲੀ-ਹੌਲੀ ਉੱਭਰਿਆ। ਮੈਂ ਪਰਦਾ ਚੁੱਕ ਕੇ ਬਾਹਰ ਆ ਗਿਆ। ਨੇੜੇ ਤੇੜੇ ਖਲੋਤੀਆਂ ਪਹਾੜੀਆਂ ਦੀਆਂ ਛੋਟੀਆਂ ਕੁਝ ਕੁ ਸਾਫ ਹੋ ਰਹੀਆਂ ਸਨ ਹਨੇਰਾ سپੇਟ ਵਾਂਗ ਅੰਜਾਨੀ ਉੱਡਦਾ ਜਾ ਰਿਹਾ ਸੀ ਇਰਾ ਦੇ ਕਮਰੇ ਦੀ ਰੌਸ਼ਨੀ ਹੋਰ ਸਾਫ ਹੋ ਗਈ ਸੀ ਸ਼ਾਮ ਨੂੰ ਇਰਾ ਕਹਿ ਰਹੀ ਸੀ ਤੁਸੀਂ ਨਹੀਂ ਉੱਠ ਸਕੋਗੇ ਉਹਨੂੰ ਜਗਾਉਣ ਲਈ ਤੇ ਇਸ ਲਈ ਵੀ ਕਿ ਐਨੀ ਦੇਰ ਅਸੀਂ ਦੋਵੇਂ ਇੱਕ ਦੂਜੇ ਦੀ ਚੇਤਨਤਾ ਤੋਂ ਦੂਰ ਰਹੀਏ ਮੈਂ ਅੰਦਰ ਗਿਆ ਤੇ ਟਾਰਚ ਚੁੱਕ ਲਿਆ ਟਾਰਚ ਦੀ ਰੌਸ਼ਨੀ 'ਚ ਮੈਂ ਆਪਣੇ ਜਾਗਣ ਦਾ ਸਿਗਨਲ ਦਿੱਤਾ ਉਦੋਂ ਹੀ ਬਾਰੀ ਖੁੱਲੀ ਤੇ ਕਮਰੇ ਚ ਮੋਮਬਤੀ ਦੀ ਪਰਹੀ ਹੋਈ ਰੋਸ਼ਨੀ ਦੇ ਪਰਦੇ ਤੇ ਇਰਾ ਪਰਛਾਵੇਂ ਵਾਂਗ ਨਜ਼ਰ ਆਈ ਮੈਂ ਉਹਦੇ ਹੋਠਾਂ ਨੂੰ ਪਛਾਣਿਆ ਤੇ ਉਹ ਘਾਹ ਦੀ ਭਿੱਜੀ-ਭਿੱਜੀ ਮਹਿਕ ਜੋ ਹਮੇਸ਼ਾ ਉਹਦੇ ਚਿਕਨੇ ਨਰਮ ਸਰੀਰ ਤੋਂ ਉੱਠਦੀ ਸੀ ਉਹਦੇ ਉਹਦੀਆਂ ਅੱਖਾਂ ਚ ਸੁੱਤੇ ਉਨਮਾਦ ਦੀਆਂ ਲਹਿਰਾਂ ਨੂੰ ਲਹਿਰੀਆਂ ਨੂੰ ਜਾਗਦਾ ਹੋਇਆ ਮਹਿਸੂਸ ਕੀਤਾ ਉਦੋਂ ਹੀ ਇਰਾ ਨੇ ਕੋਈ ਇਸ਼ਾਰਾ ਕੀਤਾ ਸੀ ਪਰ ਮੈਂ ਆਪਣੇ ਆਪ ਚੀ ਗਵਾਚਿਆ ਖਲੋਤਾ ਸੀ ਪਤਾ ਹੀ ਨਾ ਲੱਗਾ ਕਿ ਕਦੋਂ ਇਰਾ ਨੇ ਬਾਰੀ ਵਿੱਚ ਘਰ ਮੋਮਬਤੀ ਰੱਖ ਦਿੱਤੀ ਸੀ ਜੀਦੀ ਲੋਜ ਉਹਦੇ ਵਾਲ ਗੁੱਟੇ ਦੀਆਂ ਪਤਲੀਆਂ ਤਾਰਾਂ ਵਾਂਗ ਚਮਕ ਰਹੀ ਸੰ ਤੇ ਕੁਝ ਪਲਾ ਮਗਰੋਂ ਇਰਾ ਤਿਆਰ ਹੋਣ ਚਲੀ ਗਈ ਸੀ ਹਨੇਰ ਘਾਟੀ ਚ ਚਮਕਦਾ ਹੋਇਆ ਆਕਾਸ਼ ਦੀਪ ਪਹਾੜੀ ਹੇਟਾਂ ਕਿਸੇ ਮੋੜ ਤੋਂ ਉੱਪਰ ਆਉਂਦੇ ਹੋਏ ਘੋੜੇ ਵਾਲਿਆਂ ਦੀ ਬਿੜਕ ਹੋਈ ਸੁਣ ਕੇ ਮੈਂ ਤਿਆਰ ਹੋਣ ਲਈ ਰੌਟੀ ਚ ਵੜ ਗਿਆ ਕੁਝ ਦੇਰ ਬਾਅਦ ਘੋੜੇ ਵਾਲੇ ਨੇ ਉੱਪਰ ਪਹੁੰਚ ਕੇ ਆਵਾਜ਼ ਦਿੱਤੀ ਸਾਹ ਸਾਹਿਬਾ ਮੈਂ ਬਾਹਰ ਨਿਕਲ ਕੇ ਉਹਦਾ ਨਾਂ ਯਾਦ ਕਰਦੇ ਹੋਏ ਪੁੱਛਿਆ ਮਮਦੂ ਇਹ ਬੱਦਲ ਵੇਖ ਰਹੇ ਹੋ ਅਜਿਹੀ ਹਾਲਤ ਵਿੱਚ ਚੱਲਣਾ ਕੀ ਠੀਕ ਹੋਏਗਾ ਪੁੱਛਣ ਨੂੰ ਮੈਂ ਪੁੱਛਤਾ ਗਿਆ ਪਰ ਲੱਗਾ ਕਿ ਜੇ ਕਿਦਰੇ ਮਮਦੂ ਨੇ ਮੌਸਮ ਖਰਾਬ ਐਲਾਨ ਕਰ ਹੀ ਦਿੱਤਾ ਤਾਂ ਮੇਰਾ ਮਨ ਸੀ ਕਿ ਮਮਦੂ ਕਹੇ ਨਹੀਂ ਸਾਹਿਬ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮਜ਼ਦੂਰ 'ਚ ਦੂਜੇ ਦੀ ਅੰਦਰੂਨੀ ਇੱਛਾ ਜਾਣ ਸਕਣ ਦੀ ਅਦਭੁਤ ਸ਼ਕਤੀ ਹੁੰਦੀ ਹੈ ਇੱਕ ਪਾਲੀ ਉਹਨੇ ਆਪਣੇ ਸਾਥੀ ਘੋੜੇ ਵੱਲ ਵੇਖਿਆ ਉਹਦੀਆਂ ਮਿੱਚ ਦੀਆਂ ਅੱਖਾਂ ਦੀ ਖਾਮੋਸ਼ੀ ਵਿੱਚ ਜੋ ਭਾਵਨਾ ਨਜ਼ਰ ਆਈ ਉਨ ਨੂੰ ਉਹਨੇ ਪਛਾਣਿਆ ਤੇ ਮਤਲਬ ਸਮਝ ਕੇ ਨੱਕ ਮਲਦੇ ਹੋਏ ਬੋਲਿਆ ਨਹੀਂ ਸਾਹਿਬ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਆਪਣੇ ਮਨ ਦਾ ਉਤਾਵਲਾ ਪੰਚ ਪਾਉਂਦੇ ਹੋਏ ਉਸੇ ਤੇ ਆਹਸਾਨ ਲੱਦਿਆ ਤੂੰ ਕਹਿੰਦਾ ਹੈ ਤਾਂ ਠੀਕ ਹੈ ਚਲ ਚਲੀਏ ਹਲਕੀ ਬਾਰਿਸ਼ ਚ ਮਜ਼ਾ ਆਏਗਾ ਸਾਹਿਬ ਤੁਹਾਨੂੰ ਆਨੰਦ ਆਏਗਾ ਮਮਦੂ ਮੇਰੇ ਆਹਸਾਨ ਨੂੰ ਲੌਂਦਾ ਹੋਇਆ ਬਿਸਤਰਾ ਬਲੇਟਣ ਲਈ ਅੰਦਰ ਚਲਾ ਗਿਆ ਉਦੋਂ ਹੀ ਇਰਾਨ ਇਰਾਦੇ ਹੋਟਲ ਦਾ ਬਹਿਰਾ ਚਾਹ ਲੈ ਕੇ ਆ ਗਿਆ ਉਦੇ ਪਿੱਛੇ-ਪਿੱਛੇ ਇੱਕ ਮਜ਼ਦੂਰ ਪਿੱਟ ਤੇ ਇਰਾ ਦਾ ਬਿਸਤਰਾ ਲੱਦੀ ਰਿਛ ਵਾਂਗ ਝੂਮਦਾ ਹੋਇਆ ਘੋੜਿਆਂ ਕੋਲ ਆ ਰਿਹਾ ਸੀ ਮੈਂ ਜਦੋਂ ਤੱਕ ਚਾਹ ਪੀਤੀ ਉਦੋਂ ਤੱਕ ਸਮਾਨ ਢੋਣ ਵਾਲਾ ਖੱੱਚਰ ਤਿਆਰ ਹੋ ਗਿਆ ਸੀ ਮੈਂ ਕੈਮਰਾ ਲਟਕਾ ਕੇ ਤੇ ਆਪਣੇ ਤੰਬੂ ਦੇ ਚੌਕੀਦਾਰ ਨੂੰ ਹਦਾਇਤਾਂ ਦੇ ਕੇ ਐਲਪਾਈਨ ਹੋਟਲ ਵੱਲ ਚੱਲ ਪਿਆ ਘੋੜੇ ਵਾਲੇ ਨੂੰ ਹੇਠਾਂ ਸੜਕ ਤੇ ਮਿਲਣ ਦੀ ਗੱਲ ਕਹੀ ਉਜਾਲਾ ਚੰਗੀ ਤਰ੍ਹਾਂ ਫੈਲ ਚੁੱਕਾ ਸੀ ਇਰਾ ਹੋਟਲ ਦੇ ਛੋਟੇ ਜਿਹੇ ਫਟਕ ਦਾ ਆਸਰਾ ਲਈ ਖਲੋਤੇ ਸੀ ਮਿੱਦੀ ਹੋਈ ਘਾਹ 'ਚ ਉਹਦੇ ਪੈਰ ਲੁਕੇ ਹੋਏ ਸਨ ਤੂੰ ਇੱਥੇ ਖੜੀ ਐ ਮੈਂ ਉੱਥੇ ਉਡੀਕ ਰਿਆ ਸੀ ਨੇੜੇ ਪਹੁੰਚਦਿਆਂ ਹੀ ਮੈਂ ਕਿਹਾ ਤਾਂ ਮੇਰੇ ਮੋਢੇ ਨਾਲ ਲੱਗ ਗਏ ਉਹਦੇ ਸਡੌਲ ਰੀਸ਼ਮੀ ਮੋਢਿਆਂ 'ਤੇ ਹੱਥ ਰੱਖਦੇ ਉਂਗਲਾਂ ਚਾਰੋਂ ਪਾਸੇ ਤੋਂ ਆਪਣੇ ਆਪ ਸਿੰਪਟਨ ਲੱਗ ਗਈਆਂ ਸਨ ਮੋਢੇ ਤੋਂ ਕੁਝ ਹੀਠਾਂ ਪਿੱਠ ਤੇ ਆਪਣੇ ਆਪ ਹੀ ਕੱਸੀਆਂ ਜਾਂਦੀਆਂ ਸਨ ਇਰਾਦਾ ਸਰੀਰ ਲਹਿਰ ਵਾਂਗ ਸਹਿਰ ਦਾ ਸਹਿਰ ਦਾ ਵਿਅਰਥੀ ਮੁਕਤੀ ਦੀ ਸਾਰ ਹਿੰਚੇ ਸਟਾਕ ਖਾਂਚ ਲਿਆ ਕੇ ਪੁੱਛਦੀ ਕੀ ਇਹਨਾਂ ਉਤੋ ਚੱਕਦੇ ਹੋਏ ਪ੍ਰਸ਼ਨ ਦੇ ਉੱਤਰ ਇੱਕ ਹੀ ਬਿੰਦੂ ਤੇ ਆ ਇੱਕ ਹੀ ਬਿੰਦੂ ਤੇ ਆ ਕੇ ਮਿਲ ਜਾਂਦੇ ਪ੍ਰਸ਼ਨਾਂ ਦੇ ਉੱਤਰ ਤੋਂ ਭਰੇ ਇੱਕ ਸਹਿਜ ਕੋਸ਼ਿਸ਼ ਤੋਂ ਤੇ ਉਸ ਤੋਂ ਪੈਦਾ ਹੋਈ ਇੱਕ ਮੋਹਕ ਪਰਿ ਸਵਕ੍ਰਿਤੀ ਸੀ ਨੈਕਸਟ ਕੋੜੇ ਵਾਲੇ ਕੁਲਹਾਈ ਦੇ ਰਸਤੇ ਤੇ ਖੜੇ ਸਾਡੀ ਉਡੀਕ ਕਰ ਰਹੇ ਸਨ ਐਲਪਾਈਨ ਹੋਟਲ ਤੋਂ ਉਤਰਦੇ ਹੋਏ ਪੈਲਗਾਮ ਦੀ ਛੋਟੀ ਜੀ ਬਸਤੀ ਰੇਲਵੇ ਯਾਰਡ ਵਾਂਗ ਲੱਗ ਰਹੀ ਸੀ ਖਾਸ ਸੜਕ ਦੇ ਕੰਡੇ ਲੱਕੜੀ ਦੇ ਮਕਾਨਾਂ ਦੀ ਕਤਾਰ ਰੇਲ ਗੱਡੀ ਵਾਂਗ ਖੜੀ ਸੀ ਰਾਤ ਦੀਆਂ ਬੁਝੀਆਂ ਹੋਈਆਂ ਬੱਤੀਆਂ ਜਗ ਰਹੀਆਂ ਸਨ ਤੇ ਲਿੱਧਰ ਨਦੀ ਦਾ ਸ਼ੋਰ ਵੱਧ ਗਿਆ ਸੀ ਖਾਲਸਾ ਹੋਟਲ ਦੇ ਕੁਝ ਲੋਕ ਨਾਲ ਚੱਲਣ ਵਾਲੇ ਸਨ ਉਹਨਾਂ ਦਾ ਕੀ ਹੋਇਆ ਇਰਾਨੀ ਪੁੱਛਿਆ ਮੈਂ ਉਹਨਾਂ ਦਾ ਸਾਥ ਚਾਹੁੰਦਾ ਵੀ ਨਹੀਂ ਸੀ ਆਸਾਨੀ ਨਾਲ ਸਮਝਾ ਦਿੰਦਾ ਉਹ ਆਉਂਦੇ ਰਹਿਣਗੇ ਅਸੀਂ ਜਲਦੀ ਜਾ ਰਹੇ ਹਾਂ ਦਾਕ ਬੰਗਲੇ 'ਚ ਆਰਾਮ ਨਾਲ ਜਗ੍ਹਾ ਮਿਲ ਜਾਏਗੀ ਮੈਂ ਇੱਕ ਰਾਤ ਆੜੂ ਦੇ ਡਾਕ ਬੰਗਲੇ 'ਚ ਰੁਕਣ ਦਾ ਪ੍ਰੋਗਰਾਮ ਬਣਾਇਆ ਹੈ ਤੇ ਇੱਕ ਰਾਤ ਲਿੱਧਰਵਟ ਦੇ ਡਾਕ ਬੰਗਲੇ 'ਚ ਉਸ ਤੋਂ ਬਾਅਦ ਕਲ੍ਹਖਾਈ ਠੀਕ ਹੈ ਨਾ ਪਹਿਲਾਂ ਕਿਧਰੇ ਪਹੁੰਚੀਏ ਵੀ ਸਹੀ ਇਰਾਨੀ ਕਿਹਾ ਤਾਂ ਮੇਰੇ ਅੰਦਰੋਂ ਗੱਲ ਨਿਕਲੀ ਤੂੰ ਬੇਕਾਰ ਹੀ ਬਿਸਤਰਾ ਲਿਆ ਮੇਰੇ ਕੋਲੇ ਸਾਰੀਆਂ ਚੀਜ਼ਾਂ ਐਕਸਟਰਾ ਹਨ ਇਸ ਗੱਲ 'ਚ ਮੇਰਾ ਕੁਝ ਮੰਤਵ ਸੀ ਪਰ ਇਰਾਨਾ ਦੇ ਚਿਹਰੇ 'ਤੇ ਕਿਧਰੇ ਕੋਈ ਸੰਕੋਚ ਨਹੀਂ ਸੀ ਪਤਾ ਨਹੀਂ ਕਿਉਂ ਸਧਾਰਨ ਔਰਤਾਂ ਵਾਂਗ ਅਜੀਆਂ ਗੱਲਾਂ ਤੇ ਉਸ ਵਿੱਚ ਕੋਈ ਹਲਚਲ ਨਜ਼ਰ ਨਹੀਂ ਆਉਂਦੀ ਸੀ ਜਿਵੇਂ ਕੁਝ ਵੀ ਗਲਤ ਨਾ ਹੋਵੇ ਉਹ ਇਸਤਰੀ ਮਰਦ ਦੀਆਂ ਨਾ ਸਾਰੀਆਂ ਛੋਟੀਆਂ-ਛੋਟੀਆਂ ਸਮਾਜਿਕ ਤੇ ਨੈਤਿਕ ਧਾਰਨਾਵਾਂ ਨੂੰ ਬੜੀ ਸਰਲਤਾ ਨਾਲ ਨਕਾਰ ਦਿੰਦੀ ਸੀ ਜਿਨ੍ਹਾਂ ਨੂੰ ਮੈਂ ਮਹੱਤਵਪੂਰਨ ਸਮਝਦਾ ਸੀ ਇਸ ਤੋਂ ਮੈਨੂੰ ਬਲ ਮਿਲਦਾ ਮੈਂ ਹੋਰ ਖੁੱਲ ਜਾਂਦਾ ਇਹਰਾ ਹੋਰ ਖੁੱਲੀ ਉੱਡਣ ਲੱਗਦੀ ਮੈਂ ਆਪਣੇ ਪੈਂਟ ਦੀ ਜੇਬ ਤੋਂ ਲੈਮਨ ਡਰਾਪਸ ਕੱਢ ਕੇ ਉਸ ਵੱਲ ਵਧਾਇਆ ਇੱਕ ਨਮੂਨ ਚ ਪਾ ਕੇ ਦੋ-ਤਿੰਨ ਵਾਰ ਚੂਸ ਕੇ ਉਹਨਾਂ ਉਹਨੇ ਸੁੱਟਦੇ ਹੋਏ ਕਿਹਾ ਕਿੱਥੋਂ ਚੁੱਕ ਲਿਆ ਹੈ ਸੌਫ ਤੇ ਧਨੀਏ ਵਾਲਾ ਮੂੰਹ ਦਾ ਸਵਾਦ ਵਿਗਾੜ ਦਿੰਦਾ ਟੌਫੀ ਦੇਮ ਕਹਿੰਦੇ ਹੋਏ ਮੈਂ ਜਾਣ ਬੁਝ ਕੇ ਅੱਧੀ ਟੌਫੀ ਦੰਦ ਨਾਲ ਟੁੱਕ ਲਈ ਤੇ ਅੱਧੀ ਉਸ ਵੱਲ ਵਧਾਉਂਦੇ ਹੋਏ ਕਿਆ ਮੈਨੂੰ ਪਤਾ ਸੀ ਇਸ ਲਈ ਲੈ ਆਇਆ ਜਵਾਬ 'ਚ ਇਰਾਨੀ ਸਹਿਜਤਾ ਨਾਲ ਮੂੰਹ ਖੋਲ ਕੇ ਇਲਾਇਚੀ ਵਿਖਾ ਦਿੱਤੀ ਮੈਂ ਇਲਾਇਚੀ ਖਾ ਰਹੀ ਹਾਂ ਤੁਸੀਂ ਇਹ ਖਾਓ ਸੁਣ ਕੇ ਮੈਨੂੰ ਆਪਣੀ ਗਲਤੀ ਦਾ ਪਤਾ ਲੱਗਾ ਤੇ ਮੈਂ ਸ਼ਰਮ ਆ ਗਿਆ ਇਰਾਦੀ ਉੱਪਰ ਲਈ ਸਹਿਜਤਾ ਨਾਲ ਜਿੰਨਾ ਉਤਸ਼ਾਹ ਮਿਲਦਾ ਸੀ ਉੱਪਰ ਤੋਂ ਜਿਨੀ ਨਿਰਸੰਕੋਚ ਮੁਕਤਬੰਧਨਹੀਨ ਦੇਸੀ ਸੀ ਸ਼ਾਇਦ ਅੰਦਰੋਂ ਨਹੀਂ ਸੰਕੋਚਸ਼ੀਲ ਪਰੰਪਰਾਵਾਦੀ ਤੇ ਵਰਪੂਕ ਵੀ ਸੀ ਰਾਤੀ ਬڑے ਬੱਦਲ ਸਨ ਲੱਗਦਾ ਸੀ ਜਾ ਨਹੀਂ ਸਕਾਂਗੇ ਮੈਂ ਇਰਾ ਦੀ ਮਨੋਸਥਿਤੀ ਦੀ ਥਾ ਪਾਉਣ ਲਈ ਗੱਲ ਬਦਲ ਦਿੱਤੀ ਉਹ ਹਸਮਈ ਜੀ ਲੱਗਦੀ ਸੀ ਅਜਿਹੇ ਮੌਕਿਆਂ ਤੇ ਮੱਛੀ ਵਾਂਗੂ ਬਾਰ-ਬਾਰ ਫਿਸਲ ਜਾਂਦੀ ਸੀ ਪਲ ਤੋਂ ਪਲ ਹੱਥਾਂ 'ਚ ਟਿਕਦੀ ਤੇ ਖਿਸਕ ਜਾਂਦੀ ਦਿਨ ਰਾਤ ਸੁਪਨਿਆਂ ਦੀਆਂ ਗੱਲਾਂ ਕਰਦੀ ਸ਼੍ਰੀਨਗਰ ਚ ਦਲ ਤੇ ਸੈਰ ਕਰਦੇ ਹੋਏ ਕਲਪਨਾਸ਼ੀਲ ਦਾਰਸ਼ਨਿਕ ਵੰਗ ਅਧੀਆਂ ਅੱਖਾਂ ਬੰਦ ਕਰਦੇ ਆਂ ਉਹਨੇ ਕਿਹਾ ਸੀ ਕੁਦਰਤ ਵਿੱਚ ਜੋ ਇਹ ਜੰਗਲੀਪਨ ਹੈ ਤਿਲਕ ਇਹ ਵੀ ਕਿੰਨਾ ਖੂਬਸੂਰਤ ਹੈ ਮੈਂ ਵੈਸ਼ੀਆਂ ਵਾਂਗ ਜੀਣਾ ਚਾਹੁੰਨੀ ਆਂ ਕੁਦਰਤ ਦੇ ਇਸ ਜੰਗਲੀਪਨ ਵਾਂਗ ਕਦੇ-ਕਦੇ ਸੋਚਦੀ ਆਂ ਆਸਾਮ ਦੀਆਂ ਜੰਗਲੀ ਜਾਤੀਆਂ ਵਿੱਚ ਹੀ ਮੇਰਾ ਜਨਮ ਹੁੰਦਾ ਜੰਗਲੀ ਪੰਛੀਆਂ ਦੇ ਖੰਭ ਮੁਕਟ ਲਗਾ ਕੇ ਘੁੰਮਦੀ ਕਹਿੰਦੇ-ਕਹਿੰਦੇ ਉਨੇ ਅੱਖਾਂ ਪੂਰੀ ਤਰ੍ਹਾਂ ਖੋਲ ਕੇ ਇੱਕ ਪਲ ਦੀ ਖਾਮੋਸ਼ੀ ਬਾਦ ਗਿਆ ਸੀ देवदारਾਂ ਵਾਂਗ ਉੱਗ ਸਕਾਂ ਬਸ ਖੜੀ ਰਹਾ ਤੂਫਾਨੀ ਹਵਾਵਾਂ ਮੈਨੂੰ ਝੰਡੋੜ ਜਾਣ ਬਾਰਿਸ਼ 'ਚ ਰਹਿ ਰਹਿ ਕੇ ਭਿੱਜਾਂ ਤੇ ਨੰਗੀਆਂ ਬਾਹਾਂ ਪਸਾਰ ਕੇ ਬਰਫ਼ ਦਾ ਸਵਾਗਤ ਕਰਾਂ ਗੱਲ ਸੁਣ ਕੇ ਮੈਂ ਬੜੇ ਵਿਹਾਰਕ ਢੰਗ ਨਾਲ ਮੁਸਕਰਾ ਪਿਆ ਸੀ ਆਪਣੇ ਪ੍ਰਤੀ ਉਪੇਖਿਆ ਦਾ ਭਾਵ ਉਹ ਸਹਿ ਨਾ ਸਕੇ ਬੋਲੇ ਨਾ ਸਮਝ ਵਾਂਗ ਹੱਸਦੇ ਕਿਉਂ ਮੁਰਦੇ ਲਈ ਸੋਚ ਸਕਦੇ ਸਭ ਮੁਰਦੇਨੀ ਸੋਚ ਸਕਦੇ ਇਹ ਸਭ ਉਹਦੀ ਆਵਾਜ਼ ਥੇ ਤੇਜ਼ੀ ਸੀ ਜਿਹੜੀ ਉਹ ਕਹਿੰਦੀ ਜਾ ਰਹੀ ਸੀ ਡਲ ਦੇ ਤਿੰਨ ਪਾਸੇ ਖੜੀਆਂ ਇਹ ਪਹਾੜੀਆਂ ਤੈਨੂੰ ਆਵਾਜ਼ਾਂ ਨਹੀਂ ਮਾਰਦੀਆਂ ਇਹਨਾਂ ਚਿਕਨੀਆਂ ਚਟਾਨਾਂ ਤੇ ਚੜ ਕੇ ਇਹਨਾਂ ਨੂੰ ਮਸਲ ਦੇਣ ਦੀ ਇੱਛਾ ਨਹੀਂ ਹੁੰਦੀ ਕਿਉਂ じゃ ਆਦਮੀ ਇਹ ਤਿਲਕ ਸ਼ਿਕਾਰੀ ਚ ਬੈਠੇ ਬੈਠੇ ਡਲ ਦੇ ਪਾਣੀ ਨੂੰ ਬੱਚਿਆਂ ਵਾਂਗੂ ਛਾਲਦੇ ਹੋਏ ਬੋਲਦੀ ਜਾ ਰਹੀ ਸੀ ਇਸ ਦੇ ਤਲ ਤੇ ਪਹੁੰਚ ਕੇ ਪਾਣੀ ਉਛਾਲਣ ਦਾ ਮਨ ਕਰਦਾ ਸਿਵਾਰ ਦੇ ਜਾਲ ਚ ਫਸ ਕੇ ਫੜਫੜਾਉਣ ਚ ਕਿੰਨਾ ਸੁੱਖ ਮਿਲਦਾ ਹੋਵੇਗਾ ਜਾਉਂਸ ਕਮਲਵਣ ਵਿੱਚ ਜਾਵੜਾ ਉਹਨੂੰ ਮਸਲ ਦੇਵਾਂ ਕਲਮ ਨਾਲਾ ਨੂੰ ਤੋੜ ਮਰੋੜ ਕੇ ਖਿਲਾਰ ਦੇਵਾਂ ਡਲਦੇ ਪਾਣੀ ਨੂੰ ਗੰਦਾ ਕਰ ਦੇਵਾਂ ਉਸ ਪਲ ਮੈਂ ਉਹਨੂੰ ਬੜੀਆਂ ਡੂੰਘੀਆਂ ਨਜ਼ਰਾਂ ਨਾਲ ਵੇਖਿਆ ਸੀ ਬਾਂਜ ਪਈਆਂ ਚੂੜੀਆਂ ਨੂੰ ਹੱਥ ਲਾਉਣ ਦਾ ਬਹਾਨਾ ਕਰਦਿਆਂ ਹੋਇਆਂ ਉਹਦੀ ਬਾਹਾਂ ਤੇ ਪਹਿਲੀ ਵਾਰ ਹੱਥ ਰੱਖਿਆ ਸੀ ਇਰਾ ਦੀ ਚਮੜੀ 'ਚ ਖਿਚਾਅ ਸੀ ਉਹਦਾ ਰੋਮ ਰੋਮ ਉੱਬਰ ਆਇਆ ਸੀ ਜਿਵੇਂ ਰੇਤ ਦੇ ਕਣੋ ਦੇ ਸਰੀਰ ਨਾਲ ਚੰਬੜ ਗਏ ਹੋਣ ਉਹਦੀਆਂ ਅੱਖਾਂ 'ਚ ਹੰਮਸ ਸੀ ਤੇ ਬੁੱਲਾਂ ਤੇ ਮਾਦਕ ਸੁੱਕਾਪਨ ਉਹਦੇ ਸਰੀਰ ਦਾ ਸਾਰਾ ਰਸ ਨਿਚੜ ਕੇ ਕਿਧਰੇ ਅੰਦਰ ਹੀ ਸਮਾ ਗਿਆ ਸੀ ਰੁੱਖਾ ਹੋਇਆ ਤਨ ਸੁੱਕੀ ਟਹਿਣੀ ਵਾਂਗ ਸਖਤ ਸੀ ਪਰ ਅਜਿਹੀ ਸ਼ਕਤੀ ਜੋ ਉਂਗਲ ਦੇ ਇਸ਼ਾਰੇ ਨਾਲ ਹੀ ਚਟਾਕ ਕਰਕੇ ਟੁੱਟ ਜਾਏ ਮੈਂ ਉਹਦੀ ਪਿੱਠ ਤੇ ਹੱਥ ਰੱਖ ਦਿੱਤਾ ਸੀ ਨਿਰਾ ਉਂਝ ਹੀ ਚਸ਼ਮਾ ਸ਼ਹੀ ਦੀਆਂ ਪਹਾੜੀਆਂ ਵੇਖਦੀ ਰਹੀ ਮਾਹੌਲ ਬਦਲਣ ਲਈ ਮੈਂ ਬੜੀ ਨਰਮੀ ਨਾਲ ਕਿਹਾ ਤੂੰ ਇੱਕ ਝੂਠੀ ਜ਼ਿੰਦਗੀ ਦੀ ਕਲਪਨਾ ਚ ਪਰੇਸ਼ਾਨ ਹੈਂ ਕੁਈਕਾ ਗਲਤ ਮੋੜ ਤੇ ਮੁੜ ਗਈ ਹੈ ਇਸ ਲਈ ਹੁਣ ਤੋਂ ਜ਼ਿੰਦਗੀ ਜਿਉਣਾ ਨਹੀਂ ਇਹਨੂੰ ਤੋੜ ਮਰੋੜ ਦੇਣਾ ਚਾਹੁੰਦੀ ਹੈ ਇਰਾ ਨੇ ਆਪਣੀਆਂ ਸਿਆਹ ਕਾਲੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਬਦਾਮੀ ਪੁਤਲੀਆਂ ਦੇ ਜਾਲੇ ਵਾਂਗ ਬਰੀਕ ਤਾਰ ਚਮਕ ਰਹੇ ਸਨ ਤੇ ਕੇਂਦਰ ਦਾ ਕਾਲਾ ਦ੍ਰਿਸ਼ਟੀ ਬਿੰਦੂ ਮੋਤੀ ਵਾਂਗ ਚਿਲ ਮਿਲਾ ਰਿਹਾ ਸੀ ਉਹਦੀਆਂ ਬਰੋਨੀਆਂ ਦੇ ਵਾਲ ਕੰਡਿਆਲੇ ਤਾਰ ਵਾਂਗ ਖੜੇ ਸਨ ਪਤਾ ਨਹੀਂ ਕਿਉਂ ਮੈਨੂੰ ਉਹਨਾਂ ਅੱਖਾਂ ਨੂੰ ਦੇਖ ਕੇ ਲੱਗਾ ਕਿ ਜਿਵੇਂ ਸਾਰੀ ਗਲਤੀ ਇਹਨਾਂ ਦੀ ਹੈ ਇਰਾਦੀ ਖੂਬਸੂਰਤ ਜ਼ਿੰਦਗੀ ਨੂੰ ਬਿਆਬਾਨ ਕੱਸੀਟ ਲਿਆਉਣ ਦਾ ਦੋਸ਼ ਇਨਵੈਸ਼ੀ ਅੱਖਾਂ ਦਾ ਹੈ ਉਸੇ ਤੋਂ ਹੀ ਪ੍ਰੇਰਿਤ ਹੋ ਕੇ ਮੈਂ ਕਿਹਾ ਇਸ ਤਰ੍ਹਾਂ ਤਾਂ ਤੂ ਟੁੱਟ ਜਾਣਗੇ ਆਦਮੀ ਆਦਮੀ ਵਿੱਚ ਘਰ ਲਈ ਰਿਸ਼ਤੇ ਇਸੇ ਤਰ੍ਹਾਂ ਦੇ ਪਹਾੜ ਬਣੇ ਖੜੇ ਰਹਿਣਗੇ ਉਹਦਾ ਪਿਆਰ ਪਾਣੀ ਵਾਂਗ ਲਹਿਰਾਉਂਦਾ ਰਹੇਗਾ ਤੇ ਕਮਲ ਇਸੇ ਤਰ੍ਹਾਂ ਖਿੜਦੇ ਰਹਿਣਗੇ ਤੇ ਮੈਂ ਆਪਣੀ ਭਾਵੁਕਤਾ ਦੀ ਰੌਣ ਨੂੰ ਪਛਾਣਦੇ ਚੁੱਪ ਹੋ ਗਿਆ ਸੀ ਕੁਝ ਦੇਰ ਸ਼ਿਕਾਰੇ ਤੇ ਇੱਧਰ ਉੱਧਰ ਘੁੰਮ ਕੇ ਅਸੀਂ ਨਹਿਰੂ ਪਾਕ ਵਿੱਚ ਆ ਗਏ ਸ਼ਾਮ ਸੀ ਇਸ ਲਈ ਭੀੜ ਵੱਧ ਰਹੀ ਸੀ ਨਵੇਂ ਵਿਆਹੇ ਜੋੜੇ ਰੋਸ਼ਨੀ ਤੋਂ ਦੂ ਇੱਧਰ ਉੱਧਰ ਰੇਲਿੰਗਾਂ ਜਾਂ ਝਾੜੀਆਂ ਕੋਲ ਹਨੇਰੇ 'ਚ ਖੜੋਤੇ ਸਨ ਮੇਰਾ ਮਨ ਕਰ ਰਿਹਾ ਸੀ ਕਿ ਰਾ ਨੂੰ ਲੈ ਕੇ ਇੱਧਰ ਰੇਲਿੰਗ ਕੋਲ ਚਲਾ ਜਾਵਾਂ ਜਿੱਥੇ ਕੁਝ ਹਨੇਰਾ ਸੀ ਐਨੀ ਨੇੜਤਾ ਮੈਂ ਮਹਿਸੂਸ ਕਰਨ ਵੀ ਲੱਗ ਪਿਆ ਸੀ ਇਰਾ ਦਾ ਹੱਥ ਫੜ ਕੇ ਮੈਂ ਉਸ ਹਨੇਰੇ ਪਾਸੇ ਵਾਲੀ ਰੇਲਿੰਗ ਵੱਲ ਚੱਲ ਪਿਆ ਅਜਿਹੀਆਂ ਥਾਵਾਂ ਦੂਰੀ ਵਿਖਾਉਣ ਲਈ ਦੀਆਂ ਹੁੰਦੀਆਂ ਵੀ ਨਹੀਂ ਕਿਉਂਕਿ ਇਹਨਾਂ ਥਾਵਾਂ ਦਾ ਜਾਦੂ ਹੀ ਅਜਿਹਾ ਹੁੰਦਾ ਰੇਲਿੰਗ ਦੇ ਚੁਕੇ-ਚੁਕੇ ਡਲਦੇ ਪਾਣੀ 'ਚ ਰੌਸ਼ਨੀ ਦੀ ਚਮਕਦਾਰ ਸੱਪਾਂ ਨੂੰ ਲਹਿਰਾ ਕੇ ਹੇਠਾਂ ਵੱਲ ਜਾਂਦੇ ਹੋਏ ਵੇਖ ਇਰਾ ਨੇ ਪੁੱਛਿਆ ਸੀ ਤਿਲ ਤੁਸੀਂ ਕਦੋਂ ਤੱਕ ਇੱਥੇ ਰਹੋਗੇ ਕਸ਼ਮੀਰ ਵਿੱਚ ਮੈਂ ਗੱਲ ਸਾਫ਼ ਕਰਕੇ ਕਿਹਾ ਜਦ ਤੱਕ ਤੂੰ ਕਹੀਂ ਇਰਾ ਨੇ ਗੱਲ ਅੱਗੇ ਨਾ ਵਧਾਈ ਮੈਨੂੰ ਕੁਝ ਬੁਰਾ ਜਿਹਾ ਲੱਗਾ ਪਿਛਲੇ 5 ਦਿਨਾਂ ਤੋਂ ਮੈਂ ਇਸੇ ਦੁਚਿੱਤੀ 'ਚ ਸੀ ਐਨੀ ਨੇੜਤਾ ਦੇ ਬਾਵਜੂਦ ਸਾਡੇ ਵਿਕਤੀਤਾਂ ਤਾੜ ਦੇ ਦਰਖਤਾਂ ਵਾਂਗ ਪਰੇ-ਪਰੇ ਖੜੇ ਸਨ ਜਦੋਂ ਵੀ ਗੱਲ ਕਰਦਾ ਤਾਂ ਇਹਰਾ ਆਪਣਾ ਪੁਰਾਣਾ ਕਿੱਸਾ ਸੁਣਾਉਣ ਲੱਗ ਪੈਂਦੀ। ਅਸਾਮ ਦੀਆਂ ਉਹਨਾਂ ਬਸਤੀਆਂ 'ਚ ਰਹਿਣਾ ਬਹੁਤ ਖਤਰਨਾਕ ਹੈ। ਬਾਰੀ ਤੇ ਖੜੇ ਹੁੰਦੇ ਡਰ ਲੱਗਦਾ ਸੀ। ਪਤਾ ਨਹੀਂ ਕਦੋਂ ਗੋਲੀ ਸ਼ੀਸ਼ੇ ਨੂੰ ਪਾਰ ਕਰਕੇ ਹਿੱਕ 'ਚ ਜਾ ਲਗੇ। ਇੰਜ ਹੀ ਅਚਾਨਕ ਉਹਨਾਂ ਦੀ ਮੌਤ ਹੋਈ ਸੀ। ਡਾਕਟਰੀ ਪੇਸ਼ਾ ਹੀ ਅਜਿਹਾ ਹੈ, ਰਾਤ-ਬਰਾਤੇ ਵੀ ਜਾਣਾ ਪੈਂਦਾ ਹੈ। ਮੈਂ ਭਲਾ ਕੀ ਕਹਿੰਦਾ। ਉਹਦੇ ਪਤੀ ਦੀ ਮੌਤ ਬਾਰੇ ਅੱਖਾਂ ਰਾਈ ਸੰਵੇਦਨਾ ਹੀ ਪ੍ਰਗਟ ਕਰ ਸਕਦਾ ਸੀ। ਵੈਸੇ ਇਰਾ ਦੀ ਚੇਤਨਾ ਤੇ ਉਹਦੇ ਪਤੀ ਦੀ ਇਸ ਅਚਾਨਕ ਹੋਈ ਮੌਤ ਦਾ ਕੋਈ ਤੀਬਰ ਪ੍ਰਭਾਵ ਪਿਆ ਹੋਵੇ ਉਸ ਵੇਲੇ ਤੱਕ ਮੈਨੂੰ ਨਹੀਂ ਲੱਗਾ ਸੀ ਇਸ ਵੇਲੇ ਜਿਹੜਾ ਛੋਟਾ ਜਿਹਾ ਸਵਾਲ ਕਰਕੇ ਇਰਾ ਖਾਮੋਸ਼ ਹੋ ਗਈ ਸੀ ਉਸ ਤੋਂ ਮੈਨੂੰ ਉਲਝਣ ਹੋ ਰਹੀ ਸੀ ਉਹ ਚੁੱਪਚਾਪ ਚਾਰੇ ਪਾਸੇ ਦੇ ਮੰਜ਼ਰ ਵੇਖ ਰਹੀ ਸੀ ਸ਼ੰਕਰਾਚਾਰੀਏ ਦੀ ਪਹਾੜੀ ਤੇ ਜਗਦਾ ਹੋਇਆ ਬੱਲਵ ਮੰਦਰ ਦੀ ਹੋਣ ਦਾ ਗਿਆਨ ਕਰਾ ਰਿਹਾ ਸੀ ਸਾਹਮਣੇ ਮਹਾਦੇਵ ਦੀਆਂ ਪਹਾੜੀਆਂ ਸਨ ਜਿਸ ਤੇ ਸੰਘਣੇ ਪਰਛਾਵੇਂ ਪਾਣੀ ਨੂੰ ਕਾਲਾ ਕਰ ਰਹੇ ਸਨ ਖੱਬੇ ਪਾਸੇ ਹਰੀ ਪਰਬਤ ਤੇ ਇਹਨਾਂ ਵਿਚਕਾਰ ਫੈਲਿਆ ਹੋਇਆ ਡੱਲ ਦਾ ਨੀਲਾ ਪਾਣੀ ਉਸ ਪਾਣੀ ਚ ਨਹਾਉਂਦੇ ਹੋਏ ਬੈਂਤ ਦੇ ਦਰਖਤ ਤੇ ਸਤਾ ਤੇ ਬਰਛੀਆਂ ਵਾਂਗ ਨਿਕਲੇ ਹੋਏ ਪੇਤਸ ਦੇ ਸਿਰੇ ਤੈਰਦੇ ਹੋਏ ਖੇਤ ਤੇ ਸਪਾਰ ਖੂਬਸੂਰਤੀ ਚ ਕੋਲ ਖੜੀ ਹੋਈ ਇਰਾ ਪਰ ਸਭ ਕੁਝ ਬੇਬਸੀ ਤੇ ਕਰਮ ਚ ਬੱਜਿਆ ਹੋਇਆ ਸੀ ਸੱਚਮੁੱਚ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਾਂਗਾ ਇਹ ਪਾਣੀ ਦੀ ਅੱਗ ਇਹ ਝੁਲਸਿਆਪਣ ਜਾਂ ਤਾਂ ਇਸ ਵਿੱਚ ਛਾਲ ਮਾਰਨੀ ਪਵੇਗੀ ਜਾਂ ਅਗਨੀ ਦੇਸ਼ ਤੋਂ ਭੱਜਣਾ ਪਵੇਗਾ। ਇਰਾਦੀ ਪਿੱਠ ਮੇਰੇ ਸਾਹਮਣੇ ਸੀ ਪਾਣੀ ਦੀ ਸ਼ਕਲ ਚ ਤਰਾਸ਼ੀ ਹੋਈ ਚਮੜੀ ਦੀ ਨਰਮ ਚਟਾਨ ਫਿਰ ਉਦੋਂ ਪਤਾ ਨਹੀਂ ਕਿਵੇਂ ਉਹਦੇ ਜੁੜੇ ਹੋਈ ਗਰਦਨ ਤੇ ਮੇਰੇ ਤੱਪਦੇ ਹੋਈ ਹੂੰਟ ਸੀ। ਧੋਤੇ ਹੋਈ ਕੇਸਾਂ ਦੀ ਠੰਡਕ ਪਲਕਾਂ ਤੋਂ ਅੱਖਾਂ 'ਚ ਉਤਰ ਗਈ। ਠੰਡੀ ਸੀਤਲਤਾ ਜੰਗਲ ਕਾ ਦੀ ਭਿੱਜੀ ਹੋਈ ਗੰਧ ਨਾਭੀ ਤੇ ਰੱਖੇ ਹੋਈ ਬੁੱਲਾਂ ਦੀ ਖੂਨ ਜਾਂ ਉਸ ਨਾਲ ਭਿੱਜੇ ਕਮਲ ਤੇ ਰੱਖੀ ਹੋਈ ਚੇਤਨ ਪਰ ਮਦਹੋਸ਼ ਇੰਦਰੀਆਂ ਪੰਖੜੀਆਂ ਦੀ ਨਰਮ ਸੀਤਲਤਾ ਤੇ ਫੁੱਲਾਂ ਦੀ ਪਿੰਨੀ ਪਿੰਨੀ ਸੁਗੰਧ ਉਦੋਂ ਹੀ ਕਬਲ ਦੀਆਂ ਪੰਖੜੀਆਂ ਵਾਂਗ ਰੀਂਗਦੀਆਂ ਹੋਈਆਂ ਉਹਨਾਂ ਦੀਆਂ ਉਂਗਲਾਂ ਮੇਰੇ ਕੰਨ ਕੋਲ ਥਰ-ਥਰਾਈਆਂ ਕੰਨ ਭਰ ਗਏ ਜਿਵੇਂ ਮੈਂ ਬੋਲਾ ਹੋ ਗਿਆ ਹੋਵਾਂ ਉਸ ਪੱਲੂ ਦੀਆਂ ਉਂਗਲਾਂ ਨੇ ਮੇਰੇ ਵਾਲਾਂ ਨੂੰ ਬੁਰੀ ਤਰ੍ਹਾਂ ਖਿੱਚਿਆ ਤੇ ਕੰਬ ਕੇ ਉਹਨਾਂ ਦੀ ਪਕੜ ਢਿੱਲੀ ਹੋ ਗਈ ਪਰ ਕਿਧਰੇ ਹਵਾ ਨਾਲ ਗੂੰਜਦੀ ਹੋਈ ਸ਼ਬਦਾਂ ਦੀ ਮਾਨ ਚੰਕਾਰ ਚਾਰੋਂ ਪਾਸੇ ਸਮਾ ਗਈ ਸੀ ਕਈਆਂ ਨੇ ਮੈਨੂੰ ਪੁਕਾਰਿਆ ਸੀ ਪਰ ਅਜੇ ਚੁੰਬਕੀ ਪਰ ਨਿਰਪੇਖ ਰਦਾ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਉਹ ਕਬਲ ਬੇਲ ਵਾਂਗ ਰੇਲਿੰਗ ਤੇ ਝੁੱਕ ਗਈ ਸੀ ਕੁਝ ਦੇਰ ਬਾਅਦ ਆਪਣੇ ਵਾਲਾਂ ਨੂੰ ਝਟਕਾਉਂਦੇ ਹੋਏ ਉਹ ਸਾਖਿਆ ਸੀ ਸ਼ਿਕਾਰੀ ਵਾਲੇ ਨੂੰ ਬੁਲਾਓ ਹੁਣ ਹੁਣ ਚੱਲਦੇ ਆਂ ਨੈਕਸਟ ਕਿਨਾਰੇ ਤੇ ਆ ਕੇ ਅਸੀਂ ਉਤਰ ਗਏ ਜਦੋਂ ਤੱਕ ਮੈਂ ਆਪਣਾ ਪਰਸ ਕੱਢਾਂ ਉਦੋਂ ਤੱਕ ਇਰਾਨ ਨੇ ਮਾਂਜੀ ਦੀ ਹਥੇਲੀ ਤੇ ਦਸ ਦਾ ਨੋਟ ਰੱਖ ਦਿੱਤਾ ਸੀ ਮੈਂ ਸੰਕੋਚੀ ਰਹਿ ਗਿਆ ਮਾਂਜੀ ਦੁਪਹਿਰ ਤੋਂ ਨਾਲ ਸੀ ਜਦੋਂ ਤੱਕ ਉਹ ਸਾਡੇ ਲੋਕਾਂ ਦੇ ਰਿਸ਼ਤੇ ਨੂੰ ਜਾਣਨ ਦੀ ਕੋਸ਼ਿਸ਼ ਕਰੇ ਉਦੋਂ ਤੱਕ ਇਰਾ ਨੇ ਉਹਨੂੰ ਇਸ ਹੈਰਾਨਕੁਨ ਸਥਿਤੀ ਤੋਂ ਬਾਹਰ ਲਿਆ ਕਹਿੰਦੀ ਸਾਬ ਨੂੰ ਪਹਿਲਾਂ ਪੁਲ ਤੱਕ ਪਹੁੰਚਾਓ ਉਹਨਾਂ ਨੇ ਉੱਧਰ ਜਾਣਾ ਆਪਣੇ ਹੋਟਲ ਵਿੱਚ ਇਰਾ ਇੰਜ ਹੀ ਅਲੱਗ-ਥਲੱਗ ਹੋ ਜਾਂਦੀ ਸੀ ਮੈਨੂੰ ਇਹ અપਮਾਨ ਚੁਭ ਗਿਆ ਪਰ ਇਰਾ ਇਸ ਸਭ ਕੁਝ ਐਨੇ ਸਨਮਾਨ ਭਾਵਨਾ ਨਾਲ ਕਰਦੀ ਸੀ ਕਿ ਸਹਿਜ ਜੀ ਅਣ ਦੇਖਿਆ ਕਰਨ ਦੀ ਹਿੰਮਤ ਨਹੀਂ ਹੁੰਦੀ ਸੀ ਜਦੋਂ ਉਹ ਇਸ ਤਰ੍ਹਾਂ ਆਪਣੇ ਆਪ ਨੂੰ ਪਰੇਖੜਾ ਕਰ ਲੈਂਦੀ ਸੀ ਤਾਂ ਉਹਦੇ ਸਰੀਰ ਦੇ ਤਣਾਅ ਨਾਲ ਤੀਜ਼ ਦੀਆਂ ਰਿਸ਼ਮਾਂ ਵਿਕਸਿਤ ਹੁੰਦੀਆਂ ਜਿਨ੍ਹਾਂ 'ਚ અપਮਾਨ ਜਾਂ ਛੋਟੇਪਨ ਦਾ बोਧ ਹੋਣਾ ਅਸੰਭਵ ਹੋ ਜਾਂਦਾ ਪਲ ਪਲ ਬਦਲਦਾ ਕੁਦਰਤੀ ਪੇਸ ਸੱਚ ਬਿਲਕੁਲ ਇੰਜ ਦੀ ਹੀ ਸੀ ਇਰਾ ਨੈਕਸਟ ਤੇ ਮੂੰਛ ਈਲਾਈਚੀ ਵਿਖਾ ਕੇ ਉਹਨੇ ਮੈਨੂੰ ਅਜਿਹੀ ਠੇਸ ਪਹਚਾਈ ਸੀ ਜੋ ਮੇਰੇ ਮਨ ਦੀ ਛੋਟੀ ਜੀ ਗੱਲ ਨੂੰ ਖੰਡਿਤ ਕਰਕੇ ਆਤਮ ਗਿਲਾਨੀ ਨਾਲ ਪਰ ਗਈ ਸੀ ਅਸੀਂ ਦੋਵੇਂ ਚਪਚਾਪ ਘੋੜੇ ਵਾਲੇ ਵੱਲ ਵੱਧ ਰਹੇ ਸੀ ਘੋੜੇ ਵਾਲੇ ਸਫ਼ਰ ਤੇ ਜਾਣ ਲਈ ਉੱਤੇ ਇਕੱਠੇ ਹੋ ਰਹੇ ਸੀ ਜਿੱਥੋਂ ਆੜੂ ਕੁਲਹਾਈ ਤੇ ਚੰਦਨવાડી ਦਾ ਰਾਂਹ ਕੱਟਦਾ ਸੀ ਅਸੀਂ ਅਜੇ ਪੈਲਗਾਮ ਦੇ ਮੋਹਾਣੀ ਤੇ ਸੀ ਇੱਕ ਆਵਾਜ਼ ਸੁਣ ਕੇ ਅਸੀਂ ਦੋਵੇਂ ਉਸ ਵੱਲ ਵੇਖਿਆ ਮੈਂ ਉਸ ਆਦਮੀ ਨੂੰ ਪਛਾਣ ਨਾ ਸਕਿਆ ਚਿਹਰਾ ਸਾਫ਼ ਵਿਖਾਈ ਦੇ ਰਿਹਾ ਸੀ ਉਹ ਕੋੜਾ ਦੜਾਉਂਦਾ ਹੋਇਆ ਆਇਆ ਸੀ ਮੋٹے-ਮੋٹے ਰੁੱਖੇ ਵਾਲ ਮਜ਼ਬੂਤ ਸਰੀਰ ਮोटे-ਮोटे ਸਾਫ ਤਰਾਸ਼ੇ ਹੋਏ ਬੁੱਲ ਕੰਨ ਪਟੀਆਂ ਤੇ ਮਨਸਲਤਾ ਕੁਝ ਵਧੇਰੀ ਸੀ ਉਹ ਮੇਰੇ ਕੋਲ ਆਇਆ ਤਾਂ ਮੈਂ ਗੌਰ ਨਾਲ ਵੇਖਿਆ ਦਾਣੀਦਾਰ ਰੇਗ ਮਾਰ ਵਾਂਗ ਖੁਰਦਰੀ ਚਿਹਰੇ ਦੀ ਚਮੜੀ ਕੋਲੇ ਵਾਂਗ ਕੁਝ ਕੁ ਵਧੀ ਹੋਈ ਦਾੜੀ ਤੇ ਮੁੱਛਾਂ ਸਾਹ ਨਾਲ ਹਿਲਦੇ ਨਾਸਾਂ ਦੇ ਵਾਲ ਕੰਨਾਂ ਦੀਆਂ ਲਵਾਂ ਤੇ ਵੀ ਕਾਲੇ ਰੇਸ਼ੇ ਮੈਂ ਇਸ ਆਦਮੀ ਨੂੰ ਕਦੇ ਵੇਖਿਆ ਨਹੀਂ ਸੀ ਇੱਕਦਮ ਇਰਾ ਬੋਲ ਪਈ ਓਏ ਸੁਲੰਕੀ ਇੱਥੇ ਕਿਵੇਂ ਸੰਦਰਬੜੀ ਤੋਂ ਵਾਪਸ ਸਾਰੇ ਆ। ਸ਼ੇਸ਼ਨਾਗ ਗਿਆ ਸੀ। ਤੂੰ ਕਿੱਧਰ? ਸੋਲੰਕੀ ਨੇ ਪੁੱਛਿਆ। ਉਦੋਂ ਤੱਕ ਕਿਰਾ ਉਹਦੇ ਘੋੜੇ ਕੋਲ ਪਹੁੰਚ ਗਈ ਸੀ। ਉਹ ਖੇਠਾਂ ਖੜੀ ਸੋਲੰਕੀ ਨੂੰ ਇਸ ਤਰ੍ਹਾਂ ਤੱਕ ਰਹੀ ਸੀ ਜਿਵੇਂ ਕੋਈ ਜੇਤੂ ਰਾਜਪੂਤ ਵਾਪਸ ਆਇਆ ਹੋਵੇ। ਉਹਦੀ ਇਹ ਗੱਲ ਸੁਣ ਕੇ ਮੇਰਾ ਮਨ ਕੀਤਾ ਕਿ ਮੈਂ ਕਹਾਂ ਚੰਗਾ ਫਿਰ ਮੈਂ ਚੱਲਦਾ। ਪਰ ਮੈਂ ਖਾਮੋਸ਼ ਖੜਾ ਸੋਲੰਕੀ ਦੇ ਘੋੜੇ ਵੱਲ ਤੱਕਦਾ ਰਿਹਾ ਜੋ ਅਜੇ ਵੀ ਹਾਫ ਰਿਹਾ ਸੀ। ਸੋਲੰਕੀ ਨੇ ਘੋੜੇ 'ਤੇ ਛਾਲ ਮਾਰ ਲਗਾਮਾਂ ਛੱਡਦੇ ਹੋਏ ਦਸਤਾਨੇ ਉਤਾਰੇ ਤੇ ওভারਕੋਟ ਦੀ ਜੇਬ ਚੋਂ ਪਾਈਪ ਕੱਢ ਕੇ ਤੰਬਾਕੂ ਭਰਨ ਲੱਗਾ ਪਾਈਪਰ ਦੇ ਪਰਦੇਉ ਬੋਲਿਆ ਸਾਡੇ ਘੋੜੇ ਵਾਲਾ ਕਹਿ ਰਿਹਾ ਸੀ ਸਾਬ ਅਜੇ ਠੰਡ ਹੈ ਦੇਰ ਨਾਲ ਚੱਲਾਂਗੇ ਫਿਰ ਘੋੜੇਵਾਲ ਦੇਖਦਾ ਹੋਏ ਬੋਲਿਆ ਕਹਿੰਦਾ ਸੀ ਜੇ ਤੁਸੀਂ ਇਸ ਪਹਾੜੀ ਰਸਤੇ ਤੇ ਘੋੜਾ ਦੜਾਓਗੇ ਤਾਂ ਲੱਤ ਜ਼ਰੂਰ ਟੁੱਟ ਜਾਏਗੀ ਇਹ ਫਾਇਦਾ ਨਹੀਂ ਵਿਜ਼ਿਟਰ ਲੋਕਾਂ ਵਾਸਤੇ ਪਾਣੀ ਹੈ ਪਾਣੀ ਪਾਣੀ ਸ਼ਬਦ ਤੇ ਉਹਨੇ ਜ਼ੋਰ ਦਿੱਤਾ ਤੇ ਹੱਸਿਆ ਫਿਰ ਪਾਈਪ ਬਾਲਦੇ ਹੋਏ ਬੋਲਿਆ ਲੱਤ ਕੇ ਖੁਰ ਤੱਕ ਨਹੀਂ ਟੁੱਟਿਆ ਕਹਿੰਦੇ ਹੋਏ ਉਹਨੇ ਆਪਣੇ ਫੌਜੀ ਬੂਟ ਨਾਲ ਘੋੜੇ ਦੀ ਅੱਡੀ ਤੇ ਜ਼ੋਰ ਨਾਲ ਵਾਰ ਕੀਤਾ ਘੋੜੇ ਨੇ ਸੱਟ ਨਾਲ ਤਿਲ ਮਿਲਾ ਕੇ ਤਿੰਨ ਚਾਰ ਵਾਰ ਇੰਜ ਲੱਤ ਚੁੱਕੀ ਜਿਵੇਂ ਸਰਕਸ 'ਚ ਸਲਾਮ ਕਰ ਰਿਹਾ ਹੋਵੇ ਪਾਈ ਪਜੇ ਬਲਿਆ ਨਹੀਂ ਸੀ ਉਹ ਉਸਦੀ ਤੰਬਾਕੂ ਦਬਾਉਂਦੇ ਹੋਏ ਸੋਲੰਕੀ ਫੇਰ ਬੋਲਿਆ ਆਣਾ ਤਾਂ ਕੱਲ ਸ਼ਾਮ ਨੂੰ ਹੀ ਸੀ ਇੱਕ ਰਾਤ ਚੰਦਨਵੜੀ 'ਚ ਰੁੱਕ ਗਿਆ ਸਵੇਰੇ ਉੱਠ ਕੇ ਮੈਂ ਭੱਜ ਜਾਇਆ ਖੱ쩌ਰ ਵਾਲਾ ਤੇ ਇਹਦਾ ਮਾਲਕ ਪਿੱਛੇ ਆ ਰਿਹਾ ਕਹਿੰਦੇ ਹੋਏ ਰੋਕੇ ਉਹਨੇ ਫਿਰ ਪਾਈਪ ਸੁਲਗਾਇਆ ਤੇ ਨਾਸਾਂ ਤੋਂ ਤੂੰ ਇਹਦੀ ਪਤਲੀ ਤਾਰ ਕੱਢਦੇ ਹੋਏ ਬੋਲਿਆ ਹਾਂ ਕਹੇ ਤਾਂ ਕੁਲ ਹਾਈ ਚੱਲਾਂ ਤੇ ਜਦੋਂ ਉਹਨੇ ਪਹਿਲੀ ਨਜ਼ਰ ਮੇਰੇ ਤੇ ਪਾਈ ਅਚਾਨਕ ਹੀ ਇਰਾ ਨੂੰ ਜਿਵੇਂ ਮੇਰੀ ਮੌਜੂਦਗੀ ਦਾ ਗਿਆਨ ਹੋਇਆ ਤੇ ਇੱਕਦਮ ਚੌਂਕ ਕੇ ਬੋਲੀ ਓਏ ਇਹ ਮਿਸ ਮਿਸਟਰ ਤਿਲਖਾਨ ਤੇ ਇਹ ਮੇਜਰ ਸੋਲੰਕੀ ਸੋਲੰਕੀ ਨੇ ਲੱਪਕ ਕੇ ਹੱਥ ਮਲਾਇਆ ਕਾਫੀ ਜ਼ੋਰ ਨਾਲ ਉਹਨੇ ਮੇਰਾ ਹੱਥ ਦਬਾ ਦਿੱਤਾ ਸੀ ਮੈਂ ਬੜੀ ਸ਼ਾਲੀਨਤਾ ਨਾਲ ਛੁਡਾਉਂਦੇ ਹੋਏ ਗਿਆ ਅਜੇ ਤੁਸੀਂ ਚੰਦਨਵੜੀ ਤੋਂ ਆ ਰਹੇ ਹੋ ਥੱਕੇ ਹੋਗੇ ਇਰਾਦੇ ਨਿਗਾਹ ਚ ਸਹਿਮਤੀ ਅਸਹਿਮਤੀ ਦੋਵੇਂ ਸੀ ਕਿ ਕਸ਼ ਲੈ ਕੇ ਧੂਆ ਉਗਲਦੇ ਹੋਏ ਸੋਲੰਕੀ ਨੇ ਕਿਹਾ ਨਹੀਂ ਨਹੀਂ ਬਿਲਕੁਲ ਨਹੀਂ ਤੇ ਧੂਆ ਉਹਦੇ ਚਿਹਰੇ ਦੇ ਚਾਰੋਂ ਪਾਸੇ ਇੰਜ ਲਿਪਟ ਗਿਆ ਜਿਵੇਂ ਉਹਨੇ ਪਾਰਦਰਸ਼ੀ ਪਲਾਸਟਿਕ ਦਾ ਮੋਮ ਜਾਮਾ ਲਪੇਟ ਲਿਆ ਹੋਵੇ ਇਜੀਪਸ਼ੀਅਨ ਤੰਬਾਕੂ ਦੀ ਮਿੱਠੀ ਮਿੱਠੀ ਗੰਧ ਉਹਦੇ ਓਵਰਕੋਟ ਤੋਂ ਆ ਰਹੀ ਸੀ ਉਹਦੇ ਭਾਰੀ ਜੁੱਤੇ ਤਰੇਲ ਨਾਲ ਭਿੱਜੇ ਹੋਏ ਸਨ ਆਪਣੇ ਘੋੜੇ ਦੀਆਂ ਨਾਸਾਂ ਫੜਦੇ ਹੋਏ ਸੁਲੰਕੀ ਨੇ ਕਿਹਾ ਸੀ ਮੈਂ ਥੱਕਿਆ ਹੋਇਆ ਜਾਂ ਨਹੀਂ ਇਹ ਇੱਕ ਵੱਖਰੀ ਗੱਲ ਹੈ ਖੈਰ ਮੈਨੂੰ ਵੀ ਕੋਲ੍ਹਾਈ ਜਾਣਾ ਚਾਹੀਦਾ ਹੈ ਆਓ ਇਰਾ ਜੀ ਅਸੀਂ ਲੋਕ ਕਿਧਰੇ ਇੱਕ ਇੱਕ ਪਿਆਲਾ ਕਾਫੀ ਪੀਂਨੇ ਆ ਉਦੋਂ ਤੱਕ ਮੇਰਾ ਸਮਾਨ ਤੇ ਘੋੜੇ ਵਾਲਾ ਆ ਜਾਏਗਾ ਆਓ ਆਓ ਤਿਲਕ ਸਾਹਿਬ ਤੇ ਅਸੀਂ ਤਿੰਨੋਂ ਹੋਟਲ ਵੱਲ ਤੁਰ ਪਏ ਕੁਝ ਦੇਰ ਬਾਅਦ ਸੁਲੰਕੀ ਦਾ ਸਮਾਨ ਤੇ ਘੋੜੇ ਵਾਲਾ ਆ ਗਿਆ ਅਸੀਂ ਕਾਫੀ ਪੀ ਚੁੱਕੇ ਸੀ ਸਮਾਨ ਦੂਸਰੇ ਖੱਜੜ ਤੇ ਲਦਵਾ ਕੇ ਘੋੜਾ ਬਦਲ ਕੇ ਸੁਲੰਕੀ ਵਿnali ਤੁਰ ਪਿਆ ਨੈਕਸਟ ਸਾਰਾ ਦਿਨ ਪੈਦਲ ਤੇ ਘੋੜਿਆਂ ਤੇ ਚੱਲਨ ਮਗਰੋਂ ਆੜੂ ਨੂੰ ਪਿੱਛੇ ਛੱਡਦੇ ਹੋਏ ਸ਼ਾਮ ਤੱਕ ਅਸੀਂ ਸਿੱਧੇ ਲਿੱਦਰਵਟ ਦੇ ਡਾਕ ਬੰਗਲੇ ਤੇ ਪਹੁੰਚ ਗਏ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਖੱਜਰ ਵਾਲੇ ਸਮਾਨ ਲੈ ਕੇ ਪਹਿਲਾਂ ਹੀ ਪਹੁੰਚ ਚੁੱਕੇ ਸਨ ਡਾਕ ਬੰਗਲਾ ਨਵਾਂ ਸੀ ਸਾਹਮਣੇ ਦੋ ਕਮਰੇ ਉਹਦੇ ਪਿੱਛੇ ਬਰਾਂਡਾ ਬਰਾਂਡੇ ਦੇ ਵਿੱਚ ਪੂਛ ਵਾਂਗ ਜੁੜਿਆ ਹੋਇਆ ਇੱਕ ਰਾਹ ਜੋ ਪਿੱਛੇ ਬਣੇ ਕਿਚਨ ਤੇ ਭੰਡਾਰਖਾਨੇ ਦੇ ਜੋੜਵੇਂ ਕਮਰਿਆਂ ਤੱਕ ਜਾਂਦਾ ਸੀ ਸਾਹਮਣੇ ਉੱਚੇ ਪਠਾਰ ਤੋਂ ਵੇਖਣ ਤੋਂ ਇਹ ਡਾਕ ਬੰਗਲਾ ਹਵਾਈ ਜਹਾਜ਼ ਦੀ ਸ਼ਕਲ ਦਾ ਲੱਗਦਾ ਸੀ ਤੇ ਉਹਦੇ ਪਿੱਛੇ ਲਿੱਦਰਵੜ ਦਾ ਪਹਾੜ ਸਪਾਰਟ ਚਟਾਨ ਵਾਂਗ ਖੜਾ ਸੀ ਲੱਕੜ ਦੇ ਫਰਸ਼ ਤੇ ਸਮਾਨ ਪਟਕ ਕੇ ਘੋੜੇ ਵਾਲੇ ਚੌਕੀਦਾਰ ਦੀ ਕੋਠੜੀ ਵੱਲ ਚਲੇ ਗਏ ਸਾਹਮਣੇ ਉੱਚਾ ਨੀਵਾ ਮੈਦਾਨ ਸੀ ਤੇ ਉਹਦੇ ਸੱਜੇ ਪਾਸੇ ਲਿੱਦਰ ਦਾ ਪਾਣੀ ਚੁੱਪਚਾਪ ਵਹਿ ਰਿਹਾ ਸੀ ਨੇੜੇ ਖੜੇ ਦੀਵਦਾਰਾਂ ਹੇਠ ਸੁੱਕੀ ਕਥਾਈ ਪੱਤੀਆਂ ਦੀ ਚਟਾਈ ਜਿ ਵਿਚੀ ਹੋਈ ਸੀ ਡਾਰਕ ਬੰਗਲੇ ਦੇ ਦੋਵੇਂ ਕਮਰੇ ਬੰਦ ਸਨ ਉਹਨਾਂ ਦੇ ਮੁਸਾਫਿਰ ਕੋਲਹਾਈ ਤੋਂ ਮੜਨ ਵਾਲੇ ਸਨ ਉੱਥੇ ਪਹੁੰਚਦੇ ਹੀ ਰਵਾ ਬਦਲ ਗਈ ਸਾਰੇ ਰਸਤੇ ਉਹਦੀ ਜਿਹੜੀ ਚੈੱਕ ਸੁਣਾਈ ਦੇ ਰਹੀ ਸੀ ਉਹ ਇਕਦਮ ਲੁਪਤ ਹੋ ਗਈ ਸੁਲੰਕੀ ਆਪਣੇ ਜੀ ਮਸਤ ਸੀ ਉਹ ਬਾਰ-ਬਾਰ ਪਾਈਪ ਸੁਲਗਾ ਕੇ ਥੋੜੀ ਜੀ ਤੰਬਾਕੂ ਪੀਂਦਾ ਤੇ ਫਿਰ ਉਹਨੂੰ ਸਾਫ਼ ਕਰਨ ਲਈ ਲੱਕੜੀ ਦੀ ਕਾਰਨਿਸ ਤੇ ਠੋਕਣ ਲੱਗਦਾ ਮੈਂ ਸਮਾਨ ਕੋਲ ਇੱਕ ਕੁਰਸੀ ਖਿੱਚ ਕੇ ਬੈਠ ਗਿਆ ਤਿੰਨੋਂ ਇਕੱਠੇ ਸੀ ਪਰ ਤਿੰਨੋਂ ਹੀ ਬਹੁਤ ਅਲੱਗ-ਅਲੱਗ ਮਹਿਸੂਸ ਕਰ ਰਹੇ ਸੀ ਜਿਵੇਂ ਅਸੀਂ ਤਿੰਨੋਂ ਹੀ ਇੱਥੇ ਆਉਣ ਦਾ ਕਾਰਨ ਲੱਭ ਰਹੇ ਸੀ ਕਿਸੇ ਦੇ ਮਨ 'ਚ ਕੋਈ ਗੱਲ ਸਪਸ਼ਟ ਨਹੀਂ ਸੀ ਸ਼ਾਇਦ ਸਭ ਤੋਂ ਜ਼ਿਆਦਾ ਸਤਿਆਪਿਆ ਮੈਂ ਹੀ ਲੱਗ ਰਿਹਾ ਸੀ ਉਸਵੇਲੇ ਸੁਲੰਕੇ ਦੇ ਰੇਗਮਾਰ ਜੇ ਚਿਹਰੇ ਤੇ ਵੀ ਬੇਕਾਰੀ ਮੰਡਰਾ ਰਹੀ ਸੀ ਇਹਰਾ ਗੁਮਸਮ ਤੇ ਅਸੀਂ ਸ਼ਾਇਦ ਇਸ ਲਈ ਚੁੱਪ ਸੀ ਕਿ ਗੱਲ ਕਰਦੇ ਕਿਦਰੇ ਇੱਕ ਦੂਜੇ ਦੇ ਮਨ ਦਾ ਝੂਠ ਨਾ ਫੜਿਆ ਜਾਏ ਅਖੀਰ ਚੌਕੀਦਾਰ ਨੇ ਆ ਕੇ ਸਾਨੂੰ ਉਬਾਰ ਲਿਆ ਉਸੇ ਕੰਢੀ ਅੰਗੂਠੀ ਲੈ ਆਇਆ ਸੀ ਉਹਨੇ ਪੁੱਛਿਆ ਮੇਮ ਸਾਹਿਬ ਕਿਸ ਚੀਜ਼ ਦੀ ਲੋੜ ਤੇ ਸੁਲਗਦੀ ਹੋਈ ਅੰਗੂਠੀ ਉਹਨੇ ਇਰਾ ਕੋਲ ਰੱਖ ਦਿੱਤੀ ਸੀ ਦੁੱਧ ਮਿਲ ਜਾਏਗਾ ਇੱਕਦਮ ਗੱਲ ਫੜ ਕੇ ਇਰਾ ਨੇ ਖਾਮੋਸ਼ੀ ਤੋੜੀ ਇੱਧਰ ਦੁੱਧ ਮਿਲਣਾ ਬਹੁਤ ਮੁਸ਼ਕਿਲ ਹੈ ਮੱਖਣ ਬਹੁਤ ਮਿਲੇਗਾ ਪਰ ਸਾਹਿਬ ਸ਼ਾਇਦ ਥੋੜਾ ਦੁੱਧ ਸਾਡੇ ਕੋਲ ਬਚਿਆ ਪਿਆ ਹੁਣੇ ਲਿਆਉਣਾ ਕਹਿੰਦੇ ਉਹ ਆਪਣੀ ਕੋਠੜੀ ਵੱਲ ਵਧ ਗਿਆ ਤੇ ਅਗਲੇ ਪਲ ਉਹ ਦੁੱਧ ਲੈ ਕੇ ਆ ਗਿਆ ਇਰਾ ਨੇ ਸੋਲੰਕੀ ਤੋਂ ਪੁੱਛਿਆ ਕੀ ਪਿਓਗੇ ਮੇਜਰ ਸਾਹਿਬ ਜੋ ਮਰਜ਼ੀ ਬੁਲਾ ਦਿਓ ਸੋਲੰਕੀ ਨੇ ਕੱਛ ਲੈਂਦੀ ਹੋਈ ਕਿਆ ਤੇ ਤੁਸੀਂ ਤਿਲਕ ਜੀ ਜਿਵੇਂ ਮਰਜ਼ੀ ਹੋ ਜਾਏ ਮੈਂ ਜਵਾਬ ਦਿੱਤਾ ਦੇਖ ਵੀ ਲਵਾ ਕੇ ਕੋਲ ਹੈ ਕੀ ਚਾਹ ਕੌਫੀ ਜਾਂ ਵਲਟीन ਕਹਿੰਦੀ ਹੋਈ ਰਾਸਮਾਨ ਵੱਲ ਵਧੀ ਮੈਡਮ ਇਹ ਕੋਈ ਵੇਲਾ ਹੈ ਚਾਹ ਕੌਫੀ ਪੀਣ ਦਾ ਮੇਰੇ ਕੋਲ ਇੰਤਜ਼ਾਮ ਹੈ ਕਹੋ ਤਾਂ ਲਵਾ ਚੰਗਾ ਹੁਣੇ ਲੋ ਕਹਿੰਦੇ ਹੋਏ ਸੋਲੰਕੀ ਆਪਣਾ ਸੂਟਕੇਸ ਖੋਲਣ ਲੱਗਾ ਸੂਟਕੇਸ ਖੁੱਲਦੇ ਹੀ ਪੂਰਾ ਬਰਾਂਡਾ ਹਾਲੀਵੁੱਡ ਵਾਗ ਮੈਕਣ ਲੱਗਾ ਰਮਦੀਪ ਬੋਤਲ ਟੁੱਟ ਗਈ ਸੀ ਤੁਸੀਂ ਵੀ ਪੀਓ ਤੁਸੀਂ ਵੀ ਪੀਓ ਸ਼ਰਾਬ ਨਾਲ ਭਿੱਜੇ ਹੋਏ ਕੱਪੜੇ ਨੂੰ ਕੱਢ ਦੇ ਸੁਲੰਕੀ ਬੋਲਿਆ ਉਹਦੇ ਚਿਹਰੇ ਤੇ ਮਸਤੀ ਛਾ ਗਈ ਸੀ ਇਹਨਾਂ ਨੂੰ ਸੁਕਣ ਲਈ ਸੁਕਣ ਲਈ ਪਾ ਦਿਓ ਇਹ ਰਣੇਸ਼ ਸ਼ਰਾਬ ਨਾਲ ਭਿੱਜੇ ਹੋਏ ਕੱਪੜਿਆਂ ਵੱਲ ਇਸ਼ਾਰਾ ਕੀਤਾ ਸੁਲੰਕੀ ਨੇ ਆਪਣਾ ਹਥੇਲਾ ਮੋਟਾ ਬੁੱਲ ਦੰਦਾ ਨਾਲ ਦਬਾਇਆ ਤੇ ਕਿਹਾ ਓ ਨੋ ਮੈਂ ਰਾਤ ਨੂੰ ਇਹਨਾਂ ਨੂੰ ਪਾ ਕੇ ਲੰਮਾ ਪਾਵਾਂਗਾ ਤੇ ਸੂਟਕੇਸ ਤੋਂ ਦੂਸਰੀ ਬੋਤਲ ਤੇ ਗਲਾਸ ਕੱਢ ਕੇ ਉਹਨੇ ਬਾਰੀ ਦੀਵਾਲੇ 'ਚ ਸ਼ਤਰੰਜ ਦੇ ਮੂਰਿਆਂ ਵਾਂਗ ਸਜਾ ਦਿੱਤੇ ਤੇ ਕਿਹਾ ਆਓ ਮਿਸਟਰ ਤਿਲਕ ਮੈਂ ਧੰਨਵਾਦ ਦੇ ਕੇ ਇਨਕਾਰ ਕਰ ਦਿੱਤਾ ਸੁਲੰਕੀ ਨੇ ਮੇਰੇ ਨਾਂ ਦਾ ਜਾਮ ਭਰ ਕੇ ਘਟ ਘਟ ਲਾ ਲਿਆ ਫਰਸ਼ ਤੇ ਪੈਰ ਪਟਕੇ ਦੇ ਵਾਰਾਂਡੇ ਤੋਂ ਹੇਠਾਂ ਉਤਰ ਗਿਆ ਉਦੋਂ ਤੱਕ ਇਰਾ ਨੇ ਉੱਥੇ ਅੰਗੂਠੀ ਤੇ ਚਾਹ ਦਾ ਪਾਣੀ ਛਿੜਾ ਦਿੱਤਾ ਸੀ ਸੁਲੰਕੀ ਨੂੰ ਜਾਂਦਾ ਵੇਖੋ ਬੋਲੀ ਮੈਂ ਜਾਵਾਂ ਜਿਵੇਂ ਉਹਦਾ ਮਨ ਘੁੰਮਣ ਲਈ ਮਚਲ ਰਿਹਾ ਹੋਵੇ ਜ਼ਰੂਰ ਜ਼ਰੂਰ ਸੋਲੰਕੀ ਦੀਆਂ ਅੱਖਾਂ ਪਹਿਲਾਂ ਤੋਂ ਹੀ ਉੱਡੀਆਂ ਲੱਗ ਰਹੀਆਂ ਸਨ ਆਪਣੀ ਸਾੜੀ ਨੂੰ ਫੜ ਕੇ ਉੱਚਾ ਚੁੱਕਦੇ ਹੋਏ ਰਾਂ ਨੀ ਬਰਾਂਡੇ ਤੋਂ ਹੇਠਾਂ ਭਿੱਜੀ ਹੋਈ ਘਾਹ ਤੇ ਛਾਲ ਮਾਰ ਦਿੱਤੀ। ਦੇਵਦਾਰ ਦੀ ਛਤਰੀਦਾਰ ਸ਼ਖਾਵਾਂ ਤੇ ਬੂੰਦਾਂ ਜਿਵੇਂ ਚਮਕ ਰਹੀਆਂ ਸੀ। ਨਦੀ ਦਾ ਸ਼ੋਰ ਦੂਰ ਸੀ, ਬੱਦਲ ਕਾਫੀ ਹੇਠਾਂ ਸੀ। ਚਾਰੇ ਪਾਸੇ ਖਾਮੋਸ਼ੀ ਫੈਲੀ ਸੀ, ਇੱਧਰ-ਉੱਧਰ ਟਾਪੂਆਂ ਵਾਂਗ ਉਭਰੀਆਂ ਹੋਈਆਂ ਚਟਾਨਾਂ ਤੇ ਲੰਮੀ-ਲੰਮੀ ਘਾਹ ਨਾਲ ਬਣੇ ਬੇਤਰਤੀਬੀ ਮੈਦਾਨ 'ਚ ਸੋਲੰਕੀ ਤੇਰਾ ਚੱਲਦੇ ਜਾ ਰਹੇ ਸੀ। ਮੈਂ ਚੁੱਪਚਾਪ ਬੈਠਾ ਵੇਖਦਾ ਰਿਹਾ। ਮੈਨੂੰ ਦੋਵਾਂ ਦੀ ਪਿੱਠ ਦਿਖਾਈ ਦੇ ਰਹੀ ਸੀ। ਉਹ ਕਦੇ ਨਿਵਾਣਾਵਲ ਚਲੇ ਜਾਂਦੇ, ਕਦੇ ਉੱਪਰ ਆ ਜਾਂਦੇ। ਜਿਵੇਂ ਉਹ ਲਹਿਰਾਂ ਤੇ ਸਵਾਰ ਹੋਣ, ਡੁੱਬਦੀ ਉੱਭਰਦੀ ਕਿਸ਼ਤੀ ਵਾਂਗ। ਉਹਨਾਂ ਦੇ ਆਕਾਰ ਛੋਟੇ ਹੁੰਦੇ ਗਏ ਤੇ ਉਹ ਲਕੀਰਾਂ ਦੇ ਬਣੇ ਪੁੱਤਲੇ ਨਜ਼ਰ ਆਉਣ ਲੱਗ ਪਏ। ਦਰਖਤਾਂ ਦੇ ਜਦੋਂ ਇਰਾ ਦਾ ਆਕਾਰ ਗਵਾਚ ਜਾਂਦਾ ਤਾਂ ਲੱਗਦਾ ਜਿਵੇਂ ਸੋਲੰਕੀ ਨੇ ਉਹਨੂੰ ਟੱਕ ਲਿਆ ਹੋਵੇ। ਨੈਕਸਟ ਅੰਗੇਠੀ ਤੇ ਇਰਾ ਦਾ ਰੱਖਿਆ ਹੋਇਆ ਪਾਣੀ ਉਬਾਲੀ ਖਾਣ ਲੱਗ ਪਿਆ। ਉਨੂੰ ਲਾ ਕੇ ਮੈਂ ਠੇਹਾਰਾ ਰੱਖ ਦਿੱਤਾ ਅੱਧੇ ਘੰਟੇ ਬਾਅਦ ਜਦੋਂ ਦੋਵੇਂ ਮੁੜੇ بارش ਫੇਰ ਹੋਣ ਲੱਗ ਪਈ ਸੀ ਤੇ ਮੈਂ ਇੱਕ ਕਿਤਾਬ 'ਚ ਗਵਾਚਿਆ ਹੋਇਆ ਸੀ ਅੰਗੀਠੀ ਸਵਾ ਨਾਲ ਪਰ ਗਈ ਸੀ ਇਹ ਰਾ ਇੱਕਦਮ ਗਿੱਲੀ ਹੋਈ ਪਈ ਸੀ ਮੈਂ ਨਜ਼ਰ ਚੁੱਕ ਕੇ ਵੇਖਿਆ ਤਾਂ ਉਹ ਤੌਲੀਏ ਨਾਲ ਮੂੰਹ ਪੂੰਝ ਰਹੀ ਸੀ ਤੇ ਸੁਲੰਕੀ ਉਸੇ ਤਰ੍ਹਾਂ ਕੁਰਸੀ ਤੇ ਬੈਠਾ ਅੰਗਰੇਜ਼ੀ ਗੀਤ ਦੀ ਧੁਨ ਗੁੰਗੁਣਾਉਣਾ ਸ਼ੁਰੂ ਕਰ ਚੁੱਕਿਆ ਸੀ ਓ ਓ ਲਵ ਮੀ ਟੈਂਡਰ ਓ ਓ ਲਵ ਮੀ ਵਿੱਚ ਵਿੱਚ ਆਪਣੇ ਮੋٹے ਬੁੱਲਾ ਨੂੰ ਗੋਲ ਕਰਕੇ ਸੀਟੀ ਵਜਾਉਂਦਾ ਤੇ ਬੂਟਾ ਨਾਲ ਫਰਸ਼ ਤੇ ਥਾਪ ਦਿੰਦਾ ਜਾ ਰਿਹਾ ਸੀ ਮੇਜਰ ਸਾਹਿਬ ਨੇ ਤਾਂ ਆਪਣਾ ਇੰਤਜ਼ਾਮ ਕਰ ਲਿਆ ਤੁਸੀਂ ਚਾਹ ਬਣਾ ਕੇ ਪੀ ਲਓ ਨਹੀਂ ਤਾਂ ਸਰਦੀ ਲੱਗ ਜਾਏਗੀ ਮੈਂ ਇਰਾ ਨੂੰ ਕਿਹਾ ਤਾਂ ਆਪਣਾ ਨਾਂ ਸੁਣ ਕੇ ਸੁਲੰਕੀ ਨੇ ਆਵਾਜ਼ ਹੌਲੀ ਕਰ ਦੇ ਕੇ ਬੜੇ ਧਿਆਨ ਨਾਲ ਮੈਨੂੰ ਵੇਖਿਆ ਇਰਾ ਚੁੱਪ ਹੀ ਰਹੀ ਜਿਵੇਂ ਉਹਨੇ ਕੁਝ ਸੁਣਿਆ ਹੀ ਨਾ ਹੋਵੇ ਕੋਲਹਾਈ ਤੋਂ ਆਉਣ ਵਾਲੇ ਅਜੇ ਤੱਕ ਵਾਪਸ ਨਹੀਂ ਸਨ ਆਏ ਕਮਰਿਆਂ ਤੇ ਕੁੰਡੀਆਂ ਲੱਗੀਆਂ ਹੋਈਆਂ ਸਨ ਇਰਾ ਕੱਪੜੇ ਬਦਲਣ ਲਈ ਜਗ੍ਹਾ ਲੱਭ ਰਹੀ ਸੀ ਮੈਂ ਉਹਨੂੰ ਚੌਕੀਦਾਰ ਦੀ ਕੋਠੜੀ ਤੇ ਕਿਚਨ ਵੱਲ ਇਸ਼ਾਰਾ ਕਰਕੇ ਜਗ੍ਹਾ ਸੁਝਾਈ ਉਦੋਂ ਤੱਕ ਸੋਲੰਕੀ ਨੇ ਉੱਠ ਕੇ ਇੱਕ ਕਮਰੇ ਦੀ ਕੁੰਡੀ ਖੋਲ ਦਿੱਤੀ ਤੁਸੀਂ ਇਸ ਅੰਦਰ ਜਾ ਕੇ ਕੱਪੜੇ ਬਦਲ ਲਓ ਉਸ ਵਿੱਚ ਦੂਸਰਿਆਂ ਦਾ ਸਮਾਨ ਪਿਆ ਹੋਇਆ ਤੁਸੀਂ ਖੋਲਿਆ ਹੀ ਕਿਉਂ ਇਰਾਨੀ ਕਿਹਾ ਤਾਂ ਸੋਲੰਕੀ ਨੇ ਗੱਲ ਟੋਕਦੇ ਹੋਏ ਕਿਹਾ ਓਹੋ ਤੁਸੀਂ ਜਾ ਕੇ ਕੱਪੜੇ ਬਦਲ ਲਓ ਕੋਈ ਕੁਝ ਕਹੇਗਾ ਤਾਂ ਮੈਂ ਵੇਖ ਲਾਂਗਾ ਇਰਾ ਕੱਪੜੇ ਕਮਰੇ ਦੇ ਅੰਦਰ ਗਈ ਮੈਂ ਹਰ ਗੱਲ ਨੂੰ ਗੌਰ ਨਾਲ ਸੁਣ ਰਿਹਾ ਸੀ ਤੇ ਸਾਰੀ ਸਥਿਤੀ ਨੂੰ ਠੀਕ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਰਾ ਭਿੱਜੇ ਹੋਏ ਕੱਪੜਿਆਂ ਨਾਲ ਹੀ ਅੰਦਰ ਚਲੀ ਗਈ ਸੀ ਪਰ ਉਹਦਾ ਸੂਟਕੇਸ ਬਾਰ ਬਰਾਂਡੇ 'ਚ ਪਿਆ ਸੀ। ਉਹਨੇ ਬਦਲਣ ਲਈ ਕੱਪੜੇ ਨਹੀਂ ਕੱਢੇ ਸਨ। ਮੈਂ ਸੋਚ ਹੀ ਰਿਹਾ ਸੀ ਕਿ ਇਰਾ ਸੂਟਕੇਸ ਚੁੱਕਣ ਆਏਗੀ ਕਿ ਸੁਲੰਕੀ ਨੇ ਇੱਕਦਮ ਉਹਨੂੰ ਚੁੱਕਿਆ ਤੇ ਭਿੜੇ ਹੋਏ ਪੱਲਿਆਂ ਨੂੰ ਠੇਲ੍ਹ ਕੇ ਅੰਦਰ ਚਲਾ ਗਿਆ। ਕੱਪੜੇ ਤਾਂ ਇਸ ਵਿੱਚ ਹਨ ਤੁਹਾਡੇ। ਮੈਂ ਹਨੇਰੇ ਕਮਰੇ ਵੱਲ ਤਿੱਖੀਆਂ ਨਜ਼ਰਾਂ ਨਾਲ ਵੇਖਿਆ। ਖੱਬੀ ਨੁੱਕਰ 'ਚ ਸਿਰਫ ਸੁਲੰਕੀ ਦੀ ਪਿੱਠ ਦਿਖਦੀ ਪਈ ਸੀ। ਫਿਰ ਇੱਕ ਆਵਾਜ਼ ਸੁਣਾਈ ਦਿੱਤੀ ਇਹਨੂੰ ਰੱਖ ਦਿਓ ਮੈਂ ਕੱਢ ਲਵਾਂਗੀ ਸੋਲੰਕੀ ਹੱਸਦਾ ਹੋਇਆ ਬਾਹਰ ਆਇਆ ਤੇ ਮੇਰੇ ਤੋਂ ਪੁੱਛਣ ਲੱਗਾ ਮੋਮਬਤੀ ਹੈ ਮੈਂ ਮਨਾ ਨਾ ਕਰ ਸਕਿਆ ਕਿਉਂਕਿ ਝੂਠ ਬੋਲਣ ਲਈ ਵਕਤ ਦੀ ਲੋੜ ਹੁੰਦੀ ਹੈ ਪਰ ਮੈਂ ਉਹਦਾ ਮੰਤਵ ਸਮਝ ਗਿਆ ਸੀ ਜਾਣਦੇ ਹੋਏ ਵੀ ਮੈਂ ਦੂਸਰੀ ਜਗ੍ਹਾ ਮੋਮਬਤੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਮੈਂ ਨਹੀਂ ਜਾਣਦਾ ਸੀ ਕਿ ਸੋਲੰਕੀ ਦੀ ਇਹਨਾਂ ਗੱਲਾਂ ਨੂੰ ਇਹਰਾ ਕਿਸ ਤਰ੍ਹਾਂ ਲੈ ਰਹੀ ਸੀ ਇਹ ਇਨੇ ਚਿਹਰਾ ਕੱਪੜੇ ਬਦਲ ਕੇ ਬਾਹਰ ਆ ਗਈ ਮੈਂ ਮੋਮਬਤੀ ਜਗਾ ਕੇ ਸ਼ਰਾਬ ਦੀ ਖਾਲੀ ਬੋਤਲ ਕੋਲਾ ਆਲੇ ਤੇ ਚਿਪਕਾ ਦਿੱਤੀ ਰੋਸ਼ਨੀ ਉਹਨਾਂ ਦੋਵਾਂ ਦੇ ਚਿਹਰਿਆਂ ਤੇ ਪੈ ਰਹੀ ਸੀ ਅਜੇ ਤੱਕ ਸਾਡੇ ਸਾਰਿਆਂ ਦਾ ਸਮਾਨ ਡਾਕ ਬੰਗਲੇ ਦੇ ਵਰਾਂਡੇ 'ਚ ਹੀ ਪਿਆ ਸੀ ਰਾਤ ਉਤਰਨ ਲੱਗ ਪਈ ਸੀ ਪਰ ਡਾਕ ਬੰਗਲੇ ਦੇ ਛੋਟੇ ਕਮਰੇਆਂ 'ਚ ਠਹਿਰੇ ਹੋਏ ਲੋਕ ਕੋਲ੍ਹਾਈ ਤੋਂ ਵਾਪਸ ਨਹੀਂ ਸਨ ਆਏ ਸੁਲੰਕੇ ਕੁਜੁਲ ਜਿਹਾ ਹੋਇਆ ਲੱਗ ਰਿਹਾ ਸੀ ਕੁਝ ਪਲਾਂ ਦੀ ਖਾਮੋਸ਼ੀ ਬਾਦ ਬੋਲਿਆ ਅਸੀਂ ਆਪਣਾ ਸਮਾਨ ਕਿਉਂ ਨਾ ਅੰਦਰ ਕਮਰੇ 'ਚ ਰੱਖ ਦੇਈਏ ਉਦੋਂ ਹੀ ਚੌਕੀਦਾਰ ਆਉਂਦਾ ਨਜ਼ਰ ਆਇਆ ਤਾਂ ਉਹਨੇ ਪੁੱਛਿਆ ਇਹ ਸਾਰੇ ਲੋਕ ਅਜੇ ਤੱਕ ਵਾਪਸ ਨਹੀਂ ਆਏ ਅਸੀਂ ਕਿੱਧਰ ਸੌਵਾਂਗੇ ਚੌਕੀਦਾਰ ਦੁਚਿੱਤੀ ਚ ਬੈ ਗਿਆ ਕਿਉਂਕਿ ਜੋ ਸੈਲਾਨੀ ਮੁੜ ਕੇ ਆਉਣ ਵਾਲੇ ਸਨ ਉਹਨਾਂ ਨੇ ਵੀ ਰਾਤ ਉੱਥੇ ਗੁਜ਼ਾਰਨੀ ਸੀ ਤੇ ਦੋਵੇਂ ਕਮਰੇ ਉਹਨਾਂ ਕੋਲ ਸਨ ਵਾਰਾਂਡੇ ਚ ਸੌਣਾ ਖਤਰੇ ਤੋਂ ਖਾਲੀ ਨਹੀਂ ਸੀ ਉਹ ਬੋਲਿਆ ਹੁਣ ਇਹ ਸਾਰੇ ਲੋਕ ਵਾਪਸ ਆਉਣਗੇ ਸੋਲੰਕੀ ਨੇ ਗੁੱਸੇ ਨਾਲ ਕਿਹਾ ਪਰ ਦੋਵੇਂ ਕਮਰੇ ਉਹਨਾਂ ਕੋਲ ਹਨ ਕਿੰਨੀਆਂ ਮੇਮ ਸਾਹਿਬ ਹਨ ਉਹਨਾਂ ਨਾਲ ਦੋ ਚੌਕੀਦਾਰ ਨੇ ਦੱਸਿਆ ਤਾਂ ਸੋਲੰਕੀ ਝਿੜ ਗਿਆ ਉੱਠ ਕੇ ਉਹ ਕਮਰੇ ਵੱਲ ਜਾਣ ਲੱਗਾ ਤੇ ਇਰਾ ਨੇ ਮਨਾਂ ਕੀਤਾ ਉਹਨਾਂ ਲੋਕਾਂ ਨੂੰ ਆ ਜਾਣ ਦਿਓ ਸਮਾਨ ਵਗੈਰਾ ਪਿਆ ਹੋਇਆ ਆਲੇ ਤੇ ਪਈ ਮੋਮਬਤੀ ਚੁੱਕ ਕੇ ਸੁਲੰਕੀ ਅੰਦਰ ਵੜ ਗਿਆ ਅਸੀਂ ਵੀ ਉੱਠ ਕੇ ਕਮਰੇ 'ਚ ਆ ਗਏ ਉਦੋਂ ਤੱਕ ਸੁਲੰਕੀ ਨੇ ਇੱਕ ਬਿਸਤਰਾ ਲਿਆ ਕੇ ਅੰਦਰ ਪਟਕ ਦਿੱਤਾ ਤਿਲਕ ਭਾਈ ਉਹ ਮੰਜੀ ਉਧਰ ਖਿਸਕਾ ਦਿਓ ਉਹ ਬੋਲਿਆ ਲੱਕੜੀ ਦਾ ਉਹ ਕਮਰਾ ਸਾਡੇ ਲੋਕਾਂ ਦੀ آمد ਨਾਲ ਹੌਲੀ-ਹੌਲੀ ਚਰਮਰਾ ਰਿਹਾ ਸੀ ਫਾਇਰਪਲੇਸ ਤੇ ਮੋਮਬਤੀ ਚਿਪਕੀ ਹੋਈ ਸੀ ਤੇ ਉਹਦੀ ਪੀਲੀ ਰੌਸ਼ਨੀ 'ਚ ਕਮਰੇ ਦੀ ਹਾਲਤ ਉਜਾਗਰ ਹੋ ਰਹੀ ਸੀ ਕਮਰੇ 'ਚ ਸੈਲਾਨੀਆਂ ਦਾ ਸਮਾਨ ਖਿਲ ਰਿਆ ਪਿਆ ਸੀ ਹਰ ਚੀਜ਼ ਬੇਤਰਤੀਬ पलंग ਤੇ ਪੌਂਦੀ ਜੈਮ ਤੇ ਪਨੀਰ ਦੇ ਡੱਬੇ ਉੰਜ ਹੀ ਖੁੱਲੇ ਪਏ ਸਨ ਇੱਕ ਕੋਨੇ ਚੰਡਿਆਂ ਦੇ ਛਿਲਕੇ ਜਮਾ ਸਨ ਰੱਦੀ ਅਖਬਾਰ ਦੇ ਮੁੜੇ ਟੁੜੇ ਟੁਕੜੇ ਪਲੰਗ ਦੇ ਇੱਕ ਪਾਵੇ ਤੇ ਚੱਦਰ ਦੇ ਕੋਨੇ ਨਾਲ ਚਿਪਕੀ ਹੋਈ ਸੀ ਛੁਰੀ ਉਤੇ ਲੱਗਾ ਮੱਖਣ ਪੁੰਜਿਆ ਨਹੀਂ ਗਿਆ ਸੀ ਸਾਰੇ ਕਮਰੇ ਵਿੱਚ ਸਿਗਰਟ ਦੇ ਟੁਕੜੇ ਖਿਲਰੇ ਸਨ ਤੇ ਪਲੰਗ ਦੇ ਇੱਕ ਪਾਸੇ ਪਲੇਟ ਵਿੱਚ ਸੌਸੇਸ ਦੇ ਕੁਝ ਬਚੇ ਹੋਏ ਟੁਕੜੇ ਅੱਧੇ ਪੀਤੇ ਹੋਏ ਸਿਗਾਰ ਵਾਂਗ ਪਏ ਸਨ ਪਲੇਟ ਦੀ ਕਿਨਾਰੀ ਤੇ ਜੈਮ ਚਿਪਕਿਆ ਹੋਇਆ ਸੀ ਦੂਜੇ ਕੋਨੇ 'ਚ ਇੱਕ ਸੂਟਕੇਸ ਪਿਆ ਸੀ ਪਲੰਗ ਹੇਠਾਂ ਹੋਲਡ ਆਲ ਖੁੱਲਿਆ ਪਿਆ ਸੀ ਇੱਕ ਗਲਾਸ ਉੱਤੇ ਲੁੜ ਗਿਆ ਪਿਆ ਸੀ ਤੇ ਪਲੰਗ ਦੀ ਚਿੱਟੀ ਚਾਦਰ ਬੁਰੀ ਤਰ੍ਹਾਂ ਮਸਲੀ ਹੋਈ ਸੀ ਸਿਰਹਾਣੇ ਤੇ ਕੋਹਣੀਆਂ ਕਾਰਨ ਟੋਏ ਬਣੇ ਸਨ ਸਿਰਹਾਣੇ ਹੇਠਾਂ ਗੰਦਾ ਰੁਮਾਲ ਸੀ ਤੇ ਇੱਕ ਰੇਸ਼ਮੀ ਸਾੜੀ ਸਿਰਹਾਣੇ 'ਵਲ ਉਗੜ ਦੁਗੜ ਪਈ ਸੀ ਸਿਰਹਾਣੇ ਦੇ ਇੱਕ ਕੋਨੇ 'ਚ ਦੱਬੀ ਹੋਈ ਬਰੇਜ਼ਰੀ ਝਾਕ ਰਹੀ ਸੀ ਜਿਹਦੀ ਹੁੱਕ ਟੁੱਟੀ ਹੋਈ ਸੀ ਸੁਲੰਕੀ ਦੀ ਆਵਾਜ਼ ਨਾਲ ਮੈਂ ਚੌਂਕ ਗਿਆ ਉਹ ਕਹਿ ਰਿਹਾ ਸੀ ਤਿਲਕ ਇਸ ਪਲੰਗ ਨੂੰ ਪਰੇ ਖਸਕਾ ਦਿਓ ਮੈਨੂੰ ਕੁਝ ਸੰਕੋਚ ਹੋਇਆ ਕਿਸੇ ਦੂਜੇ ਦੇ ਕਮਰੇ ਵਿੱਚ ਤੇ ਜਿਹੜਾ ਅਜੇ ਹੀ ਹਾਲਤ ਚ ਪਿਆ ਹੋਇਆ ਹੋਵੇ ਸਾਡਾ ਆ ਜਾਣਾ ਠੀਕ ਨਹੀਂ ਸੀ ਪਰ ਇਹ ਤੋਂ ਪਹਿਲਾਂ ਕਿ ਸੁਲੰਕੀ ਕਿਸੇ ਜੜਡ ਵਾਂਗ ਉਸ ਪਲੰਗ ਨੂੰ ਉਲਟ ਕੇ ਖੜਾ ਕਰ ਦਏ ਮੈਂ onu ਖਸਕਾਇਆ ਤਾਂ ਸਰਾਣਾ ਡਿੱਗ ਪਿਆ ਮਸਲਿਆ ਪਿਆ ਕਮਲ ਦਾ ਇੱਕ ਛੋਟਾ ਜਿਹਾ ਫੁੱਲ ਤੇ ਵਿਸਕੀ ਦਾ ਪਉਵਾ ਝਾਕਦਾ ਨਜ਼ਰ ਆਇਆ ਪਉਏ 'ਚ ਥੋੜੀ ਜਿਹੀ ਵਿਸਕੀ ਬਾਕੀ ਪਈ ਸੀ ਸੋਲੰਕੀ ਨੇ ਵਿਸਕੀ ਦਾ ਬਚਿਆ ਹੋਇਆ ਘੁੱਟ ਆਪਣੇ ਸੰਗ ਚੁਲਦ ਕੇ ਬੋਤਲ ਕੋਨੇ ਚ ਛੋੜ ਦਿੱਤੀ। ਇਰਾ ਨਾਲ ਹੀ ਕਮਰੇ ਚ ਆਈ ਸੀ ਪਰ ਪਤਾ ਨਹੀਂ ਕਦੋਂ ਇਹ ਸਭ ਕੁਝ ਦੇਖ ਕੇ ਬਾਹਰ ਨਿਕਲ ਗਈ। ਮੈਂ ਕਿਸੇ ਕੰਮ ਤੋਂ ਬਾਹਰ ਆਇਆ ਤਾਂ ਵੇਖਿਆ ਉਹ ਬਹੁਤ ਉਦਾਸ ਸੀ ਖੜੀ ਸੀ ਜਿਵੇਂ ਉਹਨੂੰ ਕੁਝ ਯਾਦ ਆਇਆ ਹੋਵੇ। ਉਹ ਗਵਾਚੀ ਗਵਾਚੀ ਜੀ ਖੜੀ ਸੀ। ਇਸ ਤਰ੍ਹਾਂ ਦੀ ਇਰਾ ਮੈਨੂੰ ਬਹੁਤ ਚੰਗੀ ਲੱਗਦੀ ਸੀ ਪਰ ਇਸ ਵੇਲੇ ਮੇਰਾ ਮਨ ਉਹਦੀ ਹਰ ਭਾਵਨਾ ਨਾਲ ਵਿਦਰੋ ਕਰਨਾ ਚਾਹੁੰਦਾ ਸੀ ਵੈਸੇ ਇਰਾਦੇ ਇੱਕ ਇੱਕ ਖੁਸ਼ੀ ਜਾਂ ਉਦਾਸੀ ਦੇ ਪਲ ਮੈਨੂੰ ਪ੍ਰਭਾਵਿਤ ਕਰਦੇ ਸਨ ਤੇ ਮੈਂ ਚਾਹੁੰਦਾ ਸੀ ਕਿ ਉਹਦੀ ਜ਼ਿੰਦਗੀ ਦੇ ਸਾਰੇ ਦੁੱਖਾਂ ਨੂੰ ਮੈਂ ਸਹਿਜ ਲਵਾਂ ਪਰ ਇਸ ਵੇਲੇ ਮਨ ਭਟਕ ਗਿਆ ਡੂੰਘੇ ਹੁੰਦੇ ਹਨੇਰੇ 'ਚ ਉਹਦੀ ਹੋਂਦ ਮੋਮਬੰਗ ਲੱਗ ਰਹੀ ਸੀ ਪਰ ਮੈਨੂੰ ਉਸ ਪਲ ਉਹ ਬੜੀ ਬਦਲੀ ਬਦਲੀ ਜੀ ਲੱਗੀ ਮੇਰੀਆਂ ਅੱਖਾਂ 'ਚ ਮੈਦਾਨ ਦੀਆਂ ਲਹਿਰਾਂ 'ਚ ਡੁੱਬਦੇ ਉਤਰਦੇ ਇਰਾਦੇ ਸੁਲੰਕੀ ਦੇ ਚਿੱਤਰ ਸਨ ਤੇ ਮਨ ਆਪਣੇ ਅੰਦਰ ਹੀ ਘੁੰਮਣ ਘੇਰੀਆਂ ਖਾਈ ਜਾ ਰਿਹਾ ਸੀ ਨੈਕਸਟ ਉਸ ਵੇਲੇ ਦੂਰੋਂ ਟਾਰਚ ਦੀ ਰੋਸ਼ਨੀ ਵਿਖਾਈ ਦਿੱਤੀ ਤੇ 2 ਮਿੰਟ ਦੇ ਅੰਦਰ ਹੀ ਕੋਲ੍ਹਾਈ ਤੋਂ ਮੁੜਨ ਵਾਲੇ ਸੈਲਾਨੀਆਂ ਦੇ ਕੋੜੇ ਡਾਕ ਬੰਗਲੇ ਦੇ ਦੂਸਰੇ ਪਾਸੇ ਵੱਲ ਵਰਾਂਡੇ ਸਾਹਮਣੇ ਆ ਕੇ ਰੁੱਕ ਗਏ। ਦੋ ਘੋੜਿਆਂ ਤੇ ਦੋ ਖੂਬਸੂਰਤ ਔਰਤਾਂ ਥੱਕੀਆਂ ਹੋਈਆਂ ਬੈਠੀਆਂ ਸਨ। ਹੱਥ ਦਾ ਸਹਾਰਾ ਦੇ ਕੇ ਨਾਲ ਦੋ ਆਦਮੀਆਂ ਨੇ ਉਹਨਾਂ ਨੂੰ ਉਤਾਰਿਆ ਤੇ ਉਹ ਸਹਾਰਾ ਲਈ ਹੀ ਕਮਰੇ 'ਚ ਦਾਖਲ ਹੋਈਆਂ। ਸੋਲੰਕੀ ਕਮਰੇਚੀ ਸੀ ਤੇ ਪਲੰਗ ਨੂੰ ਚੁੱਕ ਕੇ ਸਿੱਧਾ ਕਰ ਚੁੱਕਾ ਸੀ। ਬੇਹੱਦ ਥੱਕੀ ਹੋਣ ਕਾਰਨ ਉਹ ਖੂਬਸੂਰਤ ਔਰਤ ਜੋ ਅੱਗੇ ਆਈ ਸੀ ਸ਼ਾਇਦ ਇੱਕਦਮ ਲੰਮੇ ਪਹਿਣਾ ਚਾਹੁੰਦੀ ਸੀ ਕਮਰੇ 'ਚ ਖੜੇ ਸੋਲੰਕੀ ਨੂੰ ਦੇਖ ਕੇ ਉਹਦਾ ਫੌਜੀ ਆਦਮੀ ਆਪਣੀ ਹਰੀ ਜੀਨ ਦੀ ਪੈਂਟ ਤੇ ਬੈਂਟ ਟਕਰਾਂਦੇ ਹੋਏ ਇੱਕਦਮ ਔਖਾ ਹੋ ਗਿਆ ਵਾਈ ਹੈਵ ਯੂ ਡਨ ਥਿਸ ਵਾਟ ਰਾਈਟ ਯੂ ਹੈਡ ਯੂ ਯੂ ਸੋਲੰਕੀ ਕੱਦ ਚੋਦੇ ਬਰਾਬਰ ਸੀ ਉਹ ਸਥਿਰ ਖੜਾ ਰਿਹਾ ਤੇ ਉਸ ਆਦਮੀ ਦੀ ਜ਼ਬਾਨ ਲੜਕੜਾਉਂਦੇ ਦੇਖ ਉਹ ਬੋਲਿਆ this is a dark banglo you see not your cottage garma garam vaddi vaddi ja rahi si oh fauji aadmi te solanki doonhe chhagad rahe san sanu vi jagah chahidi hai verandech main verandech so sakda hai koi solanki boleya si i thought you would understand the point chakki da told me you are a colonel in the army apne gusse nal fauji chikya i may be a donkey in the army ਬਟ ਵਾਈ ਡਿਡ ਯੂ ਰਿਮੂਵ ਤਦ ਇਰਾ ਅੰਦਰ ਚਲੀ ਗਈ ਤੇ ਮੈਂ ਬੂਏ ਕੋਲੀ ਠਿਠ ਗਿਆ ਸੀ ਇਰਾ ਨੂੰ ਦੇਖਦੇ ਉਸ ਫੌਜੀ ਦਾ ਪਾਰਾ ਇੱਕਦਮ ਉਤਰ ਗਿਆ ਉਹ ਇੱਕ ਪਲ ਖਾਮੋਸ਼ ਰਿਹਾ ਡੂੰਗੀਆਂ ਨਜ਼ਰਾਂ ਨਾਲ ਉਹਨੇ ਸੁਲੰਕੀ ਤੇ ਇਰਾ ਨੂੰ ਦੇਖਿਆ ਤੇ ਕਿਹਾ ਉਹ ਸਮਝਿਆ ਗਾਇ ਤੁਸੀਂ ਇਧਰ ਕਮਰੇ 'ਚ ਰਾਤ ਗੁਜ਼ਾਰ ਸਕਦੇ ਹੋ ਅਸੀਂ ਉਧਰ ਵਾਲੇ ਕਮਰੇ 'ਚ ਚਲੇ ਜਾਂਦੇ ਹਾਂ ਠੀਕ ਹੈ ਠੀਕ ਹੈ ਅਸੀਂ ਲੋਕ ਤਾਂ ਅੱਜ ਸਿਰਫ ਸੌਣਾ ਹੀ ਚਾਹੁੰਦੇ ਹਾਂ ਡੂੰਗੀ ਨੀਂਦ ਹੋਰ ਕੁਝ ਨਹੀਂ ਇਨਾਂ ਕਹਿ ਕੇ ਆਪਣੀ ਖੂਬਸੂਰਤ ਔਰਤ ਨੂੰ ਪਹੀਏਦਾਰ ਕੁਰਸੀ ਵਾਂਗ ਸਹਾਰਾ ਦੇ ਕੇ ਦੂਸਰੇ ਕਮਰੇ 'ਚ ਪਹੁੰਚਾਇਆ ਜਿਸ 'ਚ ਉਹਦਾ ਸਾਥੀ ਤੇ ਉਹਦੀ ਬੀਬੀ ਠਹਿਰੇ ਹੋਏ ਸਨ ਤੇ 5 ਮਿੰਟ 'ਚ ਸਾਰਾ ਸਮਾਨ ਇਕੱਠਾ ਕਰਕੇ ਲੈ ਗਿਆ ਜਾਂਦੇ ਜਾਂਦੇ ਉਹਨੇ ਸੁਲੰਕੀ ਨਾਲ ਹੱਥ ਮਲਾਇਆ ਤੇ ਕਿਹਾ ਪਲੰਘ ਵੀ ਤੁਹਾਡੇ ਲਈ ਹੈ ਠੀਕ ਹੈ ਤੇ ਉਹ ਜ਼ੋਰ ਨਾਲ ਹੱਸਿਆ ਮੁਬਾਰਕ ਡਾਕ ਬੰਗਲੇ ਦੀ ਰਾਤ ਮੁਬਾਰਕ ਮੈਂ ਇਹ ਸਭ ਇੱਕ ਦਰਸ਼ਕ ਵਾਂਗ ਦੇਖਦਾ ਰਿਹਾ ਤੇ ਪਹਿਲੀ ਵਾਰ ਮੈਨੂੰ ਲੱਗਾ ਕਿ ਸਭ ਮੇਰੇ ਬਰਦਾਸ਼ਤ ਤੋਂ ਬਾਹਰ ਹੈ ਮੈਨੂੰ ਵਾਪਸ ਪੈਲਗਾਮ ਮੁੜ ਜਾਣਾ ਚਾਹੀਦਾ ਹੈ ਮਨ ਵਿੱਚ ਬੜੇ ਸਾਰੇ ਚੋਰ ਹੁੰਦੇ ਹਨ ਕੁਝ ਚਾਹੀ ਹੁੰਦੇ ਹਨ ਜੋ ਬੇਹੱਦ ਪਰੇਸ਼ਾਨ ਕਰਦੇ ਹਨ ਅਖੀਰ ਰਾਤ ਕਾਫੀ ਹੋ ਗਈ ਤੇ ਦੂਰ ਵਿੰਦੇ ਕੋਲ ਹਾਈ ਦੇ ਪਾਣੀ ਦਾ ਸ਼ੋਰ ਸਾਫ ਹੋ ਗਿਆ ਅਸਮਾਨ ਵੀ ਸਾਫ ਹੋ ਗਿਆ ਸੀ ਨੈਕਸਟ ਆਪਣੀ ਜ਼ਿੱਦ ਕਾਰਨ ਮੈਂ ਬਿਸਤਰਾ ਵਾਰਾਂਡੇ 'ਚ ਹੀ ਲਗਾਇਆ ਤੇ ਮੋਮਬਤੀ ਦੀ ਕੋਸ਼ਿਸ਼ ਪੜਨ ਦੀ ਕੋਸ਼ਿਸ਼ ਕਰਦਾ ਰਿਹਾ ਸਰਦੀ ਬਹੁਤ ਸੀ ਤੇ ਲਪੇਟੇ ਹੋਏ ਕੰਬਲ ਚੇਂਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੈਂ ਕਿਸੇ ਹਸਪਤਾਲ ਦੇ ਬੈੱਡ ਤੇ ਪਿਆ ਹੋਵਾਂ ਤੇ ਮੇਰੇ ਸਾਰੇ ਸਰੀਰ 'ਚ ਚੁਸਤ ਪਟੀਆਂ ਬਨੀਆਂ ਹੋਣ। ਦਰਵਾਜ਼ੇ ਕੋਲੀ ਇਰਾਦਾ ਪਲੰਗ ਸੀ ਤੇ ਉਧਰ ਵਾਲੇ ਕੋਨੇ 'ਚ ਫਰਸ਼ ਤੇ ਸੁਲੰਕੀ ਸੁੱਤਾ ਪਿਆ ਸੀ। ਨੈਕਸਟ ਪਤਾ ਨਹੀਂ ਕਦੋਂ ਲੱਗਾ ਕਿ ਸਭ ਸੁਪਨਾ ਹੈ। ਹਰ ਜ਼ਿੰਦਗੀ ਇੱਕ ਡਾਕ ਬੰਗਲਾ ਡਾਰਕ ਬੰਗਲੇਾਂ ਚ ਪੀਲੀਆਂ ਪੀਲੀਆਂ ਮੋਮਬਤੀਆਂ ਬਲ ਰਹੀਆਂ ਹਨ ਦੂਰ ਵਹਿੰਦੀਆਂ ਨਦੀਆਂ ਦਾ ਸ਼ੋਰ ਹੈ ਚਾਰੇ ਪਾਸੇ ਚੀੜ ਤੇ ਦੇਵਦਾਰ ਦੇ ਜੰਗਲ ਹਨ ਅਣਗਿਣਤ ਦਰਖਤ ਹਨ ਪਰ ਸਭ ਆਪਣੇ ਆਪ ਚ ਇਕੱਲੇ ਹਨ ਤੇ ਬਸ ਉਦੋਂ ਮੇਰੀਆਂ ਪਲਕਾਂ ਭਾਰੀਆਂ ਹੋ ਗਈਆਂ ਤੇ ਮੇਰੀਆਂ ਬੰਦ ਅੱਖਾਂ ਚ ਇੱਕਦਮ ਹਨੇਰਾ ਛਾ ਗਿਆ ਮੱਥੇ ਤੇ ਕਿਸੇ ਦੇ ਹੱਥ ਦੇ ਛੂਣ ਮਹਿਸੂਸ ਹੋਈ ਮੈਂ ਹੱਥ ਵਧਾਏ ਤੇ ਰੇਸ਼ਮੀ ਵਾਲਾਂ ਦੀਆਂ ਲਟਾ ਉਂਗਲਾਂ ਚੁੱਲਚ ਗਈਆਂ ਉਹ ਇਰਾਸੀ ਜੋ ਸ਼ਾਇਦ ਸੁੱਤੀ ਨਹੀਂ ਸੀ ਤੇ ਚੁੱਪਚਾਪ ਉੱਠ ਕੇ ਆ ਗਈ ਸੀ ਮੇਰੇ ਬਿਸਤਰੇ ਕੋਲ ਹਨੇਰੇ 'ਚ ਝੁਕੀ ਹੋਈ ਬੈਠੀ ਸੀ ਤੇ ਮੈਂ ਉਹਦੇ ਠੰਡੇ ਹੱਥ ਆਪਣੀਆਂ ਹਥੇਲੀਆਂ 'ਚ ਕੱਸ ਲਏ ਉਹ ਕੁਝ ਵੀ ਨਾ ਬੋਲੀ ਫਿਰ ਉਹਨੇ ਹੌਲੀ ਜਿਹੀ ਮੇਰੀ ਬਾਹ ਨੂੰ ਖਿੱਚਿਆ ਜਿਵੇਂ ਕਹਿ ਰਹੀ ਹੋਵੇ ਉੱਠੋ ਹਨੇਰੇ 'ਚ ਮੈਂ ਉਹਨੂੰ ਵੇਖਿਆ ਸੀ ਉਹਨੇ ਫਿਰ ਹਲਕੇ ਜਿਹੇ ਬਾਹ ਖਿੱਚੀ ਅਖੀਰ ਮੈਂ ਉੱਠ ਗਿਆ ਤੇ ਉਸ ਹਨੇਰੇ 'ਚ ਹੀ ਅਸੀਂ ਦੋਵੇਂ ਮੈਦਾਨ 'ਚ ਉਤਰ ਗਏ ਕੰਬਲ 'ਚ ਦੋਵੇਂ ਜਣੇ ਜਿਵੇਂ ਤੇ ਮੈਂ ਆਪਣੇ ਆਪ ਨੂੰ ਲਪੇਟੇ ਹੋਏ ਚਾਰੇ ਪਾਸੇ ਹਨੇਰਾ ਸੀ ਜੰਗਲੀ ਬਿਰਛਾਂ ਦੇ ਪਰਛਾਵੇਂ ਪਹਾੜ ਦੇ ਹਿੱਕ ਚ ਘੁੱਲ ਗਏ ਸਨ بارش ਨਾਲ ਭਿੱਜੇ ਮੈਦਾਨ 'ਚ ਦਿਉਦਾਰ ਦੀ ਮਹਿਕ ਭਰੀ ਹੋਈ ਸੀ ਇੱਕ ਨੰਗੀ ਚਟਾਨ ਤੇ ਅਸੀਂ ਦੋਵੇਂ ਬੈਠ ਗਏ ਮੈਰਾ ਦਾ ਮੰਤਵ ਨਹੀਂ ਸਮਝ ਸਕਿਆ ਸੀ ਉਸ ਵੇਲੇ ਇਸ ਹਨੇਰੇ ਤੇ ਡਰਾਵਨੇ ਮੈਦਾਨ 'ਚ ਮੇਰੇ ਨਾਲ ਕਿਉਂ ਆਈ ਸੀ ਕੀ ਸਿਰਫ ਮੈਨੂੰ ਖੁਸ਼ ਕਰਨ ਲਈ ਜਾਂ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗਣ ਲਈ ਉਦੋਂ ਮੈਨੂੰ ਇਰਾ ਦੀ ਢੂੰਗੇ ਇਰਾ ਦੀ ਢੂੰਗੇ ਜੇ ਸਾਦੀ ਆਵਾਜ਼ ਸੁਣਾਈ ਦਿੱਤੀ ਮੈਂ ਉਹਨੂੰ ਘੌਰ ਨਾਲ ਦੇਖਿਆ ਹਨੇਰਾ ਕੁਝ ਕੁਜ ਉਜਾਲੇ ਚ ਪਲਟਣ ਲੱਗਾ ਮੈਨੂੰ ਲੱਗਾ ਇਹਰਾ ਮੇਰੇ ਨਾਲ ਛਲ ਕਰ ਰਹੀ ਹੈ ਉਦਾਸੀ ਲਪੇਟ ਕੇ ਬਹਿ ਜਾਣਾ ਤੇ ਇਸ ਤਰ੍ਹਾਂ ਆਪਣੇ ਆਪ ਆਪਣੇ ਵਿੱਚ ਵਿਸ਼ਵਾਸ ਪੈਦਾ ਕਰਨ ਦਾ ਕੋਈ ਤਰੀਕਾ ਨਹੀਂ ਹੈ ਮਨ ਵਿੱਚ ਆਇਆ ਇਰਾ ਨੂੰ ਬਾਹ ਫੜ ਕੇ ਉਠਾ ਦੇਵਾਂ ਜਾਂ ਆਪ ਉੱਠ ਕੇ ਤੁਰ ਪਵਾਂ ਮੈਂ ਉੱਠਣ ਲੱਗਾ ਤਾਂ ਇਰਾ ਨੇ ਹੱਥ ਫੜ ਲਿਆ ਕਿੱਥੇ ਜਾ ਰਹੇ ਹੋ ਮੈਂ ਸੌਣਾ ਚਾਹੁੰਨਾ ਮੇਰੀ ਆਵਾਜ਼ ਤੋਂ ਉਹਨੂੰ ਕੁਝ ਉਪਰੇ ਪੰਦਾ ਅਹਿਸਾਸ ਹੋਇਆ ਸੀ ਉਦੇ ਹੱਥ ਦੀ ਪਕੜ ਕਸੀ ਗਈ ਤੇ ਮੈਨੂੰ ਬੈਠਣਾ ਪਿਆ। ਕੁਝ ਦੇਰ ਬਾਅਦ ਇਰਾਨ ਨੇ ਇੱਕਦਮ ਪੁੱਛਿਆ ਤੁਸੀਂ ਮੈਨੂੰ ਕਿਹੋ ਜੀ ਔਰਤ ਸਮਝਦੇ ਹੋ? ਕਿਸੇ ਤਰ੍ਹਾਂ ਦੀ ਵੀ ਨਹੀਂ। ਦੱਸੋ ਤਿਲਕ ਜੋ ਕੁਝ ਮਨ ਛੋਵੇ ਕਹਿ ਦਿਓ। ਮੈਂ ਸ਼੍ਰੀਨਗਰ ਤੇ ਪੈਲਗਾਮ 'ਚ ਰਹਿੰਦੇ ਹੋਏ ਹਮੇਸ਼ਾ ਇਹੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਤੁਸੀਂ ਮੈਨੂੰ ਕਿਸ ਰੂਪ 'ਚ ਲੈਂਦੇ ਹੋ। ਮੈਨੂੰ ਕੀ ਸਮਝਦੇ ਹੋ? ਮੇਰੇ ਬਾਰੇ 'ਚ ਕੀ ਸੋਚਦੇ ਹੋ? ਫਿਰ ਕੀ ਸਮਝ ਆਇਆ? ਇਹੀ ਤਾਂ ਮੈਂ ਤੁਹਾਡੇ ਤੋਂ ਜਵਾਬ ਚਾਹਨੀ ਹੋ ਬੋਲੀ ਸੀ। ਮੈਂ ਕੀ ਦੱਸਾਂ? ਕਿਉਂ? ਔਰਤਾਂ ਬਾਰੇ ਦੱਸਣ ਲਈ ਆਦਮੀਆਂ ਕੋਲ ਹਮੇਸ਼ਾ ਕੁਝ ਨਾ ਕੁਝ ਹੁੰਦਾ ਹੈ ਜਿੰਨੀ ਆਸਾਨੀ ਨਾਲ ਆਦਮੀ ਔਰਤਾਂ ਬਾਰੇ ਵਿਚਾਰ ਬਣਾਉਂਦਾ ਹੈ ਜਾਂ ਪ੍ਰਗਟ ਕਰਦਾ ਉਨੀ ਆਸਾਨੀ ਨਾਲ ਨਾ ਉਹ ਕਿਸੇ ਦੇ ਸਬੰਧ ਬਾਰੇ ਸੋਚਦਾ ਹੈ ਨਾ ਉਹ ਬੋਲਦਾ ਮੈਂ ਗਲਤ ਕਹਿ ਰਹੀ ਹਾਂ ਇਰਾ ਦੀ ਆਵਾਜ਼ 'ਚ ਇੱਕ ਤਲਖੀ ਸੀ ਮੈਂ ਕਿਹਾ ਸਰਗੀ ਵੇਲੇ ਕੋਲ ਹਾਈ ਜਾਣਾ ਜੇ ਸੌਵਾਂਗਾ ਨਹੀਂ ਤਾਂ ਜਾ ਨਹੀਂ ਸਕਾਂਗਾ ਆਓ ਚਲੀਏ ਨਾ ਮੈਂ ਸੌਵਾਂਗੀ ਨਾ ਤੁਹਾਨੂੰ ਸੌਣ ਦੇਵਾਂਗੀ ਇੱਥੇ ਬੈਠਾਂਗੇ ਅਸੀਂ ਮੈਂ ਸਮ័យ ਦਾ ਤੇਰਾ ਇਨਾ ਹੱਕ ਮੇਰੇ ਤੇ ਨਹੀਂ ਹੈ ਇਰਾਦਿਆਂ ਵੱਡੀਆਂ-ਵੱਡੀਆਂ ਅੱਖਾਂ ਚੌੜੀਆਂ ਹੋ ਗਈਆਂ ਸਾਹ ਦੀ ਤੇਜ਼ੀ ਨੂੰ ਦਬਾਉਂਦੇ ਹੋਏ ਬੋਲੀ ਤਿਲਕ ਹੱਕ ਮਿਲ ਜਾਣ ਤੇ ਤੁਸੀਂ ਲੋਕ ਹਮੇਸ਼ਾ ਝੂਠ ਬੋਲਦੇ ਹੋ ਧੋਖਾ ਕਰਦੇ ਹੋ ਜਦੋਂ ਤੱਕ ਹੱਕ ਨਹੀਂ ਮਿਲਦਾ ਉਦੋਂ ਤੱਕ ਤੁਸੀਂ ਲੋਕ ਹੋਛਦੀਆਂ ਗੱਲਾਂ ਕਰਦੇ ਹੋ ਇਸ ਲਈ ਮੈਂ ਤੁਹਾਡੇ ਤੋਂ ਪੁੱਛ ਰਹੀ ਹਾਂ ਕਿ ਤੁਸੀਂ ਮੈਨੂੰ ਕਿਹੋ ਜੀ ਔਰਤ ਸਮਝਦੇ ਹੋ ਕਿਉਂਕਿ ਅਜੇ ਤੁਸੀਂ ਸਭ ਠੀਕ-ਠਾਕ ਦੱਸ ਸਕਦੇ ਹੋ ਪਰ ਤੈਨੂੰ ਇਹ ਜਾਣਨ ਦੀ ਕੀ ਲੋੜ ਪੈਗੀ ਉਹ ਵੀ ਇਸ ਅੱਧੀ ਰਾਤ ਵੇਲੇ ਮੈਂ ਗਿਆ ਇਹਾਂ ਹੌਲੀ ਜਿਹੀ ਹੱਸੀ ਉਹਦੀ ਹੱਸੀ ਮੈਨੂੰ ਉਸ ਵੇਲੇ ਬੜੀ ਗਲਤ ਲੱਗੀ ਮੈਂ ਉਸ ਵੱਲ ਦੇਖਦਾ ਰਹਿ ਗਿਆ ਅਖੀਰ ਉਹ ਮੈਨੂੰ ਘੂਰਦੇ ਹੋਏ ਬੋਲੀ ਤਿਲਕ ਮੈਂ ਜੋ ਗੱਲ ਕਹਿਣ ਜਾ ਰਹੀਆਂ ਉਹਨੂੰ ਬਰਦਾਸ਼ਤ ਨਹੀਂ ਕਰ ਸਕੋਗੇ ਕਿਉਂ ਐਸੀ ਕਿਹੜੀ ਗੱਲ ਹੈ ਇਸ ਲਈ ਕਿ ਹੁਣੇ ਇਸੇ ਪਲ ਤੁਹਾਡੇ ਖਿਆਲਤ ਮੇਰੇ ਬਾਰੇ ਚ ਬਦਲ ਜਾਣਗੇ ਸ਼ਾਇਦ ਤੁਸੀਂ ਸੋਚ ਰਹੇ ਹੋ ਕਿ ਮੈਂ ਬੇਸ਼ਰਮ ਤੇ ਬੇਹੋਦੀ ਹਾਂ ਇਹ ਵੀ ਹੋ ਸਕਦਾ ਹੈ ਕਹਿੰਦੇ-ਕਹਿੰਦੇ ਉਹ ਰੁਕ ਗਈ ਸੀ ਕੀ ਹੋ ਸਕਦਾ ਕੁਝ ਵੀ ਨਹੀਂ ਤਸੋਨਾ ਜੋ ਤੁਹਾਡੇ ਮਨ ਚ ਹੋਵੇ ਕਹਿ ਦਿਓ ਮੈਂ ਵੀ ਦੱਸਾਂਗੀ ਸਭ ਕੁਝ ਜੋ ਕੁਝ ਮੇਰੇ ਮਨ ਚ ਹੈ ਕੁਝ ਰੁਕਦੇ ਹੋਏ ਹੋ ਨੇ ਕਿਹਾ ਇਹੀ ਕਿ ਤੁਸੀਂ ਹੁਣੇ ਸੱਚ ਬੋਲ ਸਕਦੇ ਹੋ ਕਿਉਂਕਿ ਮੈਂ ਤੁਹਾਡੇ ਕੋਲ ਇਕੱਲੀ ਹਾਂ ਤੇ ਇਸ ਸੁੰਨਸਾਨ ਘਾਟੀ ਚ ਕੋਈ ਨਹੀਂ ਹੈ ਇਹ ਖੁੱਲ ਜਦੋਂ ਮਿਲਦੀ ਹੈ ਤਾਂ ਤੁਸੀਂ ਲੋਕ ਸਹੀ ਗੱਲ ਕਰ ਸਕਦੇ ਹੋ ਤੁਸੀਂ ਮਰਦ ਲੋਕ ਤੁਸੀਂ ਚੰਗੇ ਤਰ੍ਹਾਂ ਜਾਣਦੇ ਹੋ ਕਿ ਇਸ ਵੇਲੇ ਤੁਸੀਂ ਮੇਰੇ ਨਾਲ ਕਿਸੇ ਵੀ ਤਰ੍ਹਾਂ ਪੇਸ਼ ਆ ਸਕਦੇ ਹੋ ਜਾ ਮੇਰੀ ਬਾਮ ਰੋੜ ਕੇ ਨਰਾਜ਼ ਹੋ ਸਕਦੇ ਹੋ ਜਾਂ ਦੂਰ ਬੈਠ ਕੇ ਦਾਰਸ਼ਨਿਕਤਾ ਦਾ ਦਿਖਾਵਾ ਕਰ ਸਕਦੇ ਹੋ ਪਰ ਇਹ ਸਭ ਇਸੇ ਵੇਲੇ ਹੋ ਸਕਦਾ ਕਿਉਂਕਿ ਘਾਟੀ ਸੋਨਸਾਨ ਹੈ ਤੇ ਮੈਂ ਤੇਰੇ ਕੋਲ ਇਕੱਲੀ ਹਾਂ ਇੱਕ ਪਲ ਲਈ ਉਹ ਖਾਮੋਸ਼ ਹੋ ਗਈ ਸੀ ਇਹ ਇਕੱਲਾਪਨ ਆਦਮੀਆਂ ਦੀ ਸੱਚਾਈ ਹੁੰਦਾ ਹੈ ਇਹ ਇਕੱਲਾਪਨ ਬੜਾ ਮੋਹਕ ਹੁੰਦਾ ਹੈ ਇਸ ਵੇਲੇ ਆਦਮੀ ਸਭ ਕੁਝ ਸਵੀਕਾਰ ਕਰ ਲੈਂਦਾ ਚੰਗਾ ਮਾੜਾ ਸੁੰਦਰ ਖੂਬਸੂਰਤ ਬਦਸੂਰਤ ਪਰ ਜਿਆ ਇਕੱਲਾਪਨ ਤਾਂ ਕਈ ਵਾਰ ਸਾਨੂੰ ਲੋਕਾਂ ਨੂੰ ਮਿਲਿਆ ਉਦੋਂ ਤਾਂ ਤੂੰ ਕਿਉਂ ਨਹੀਂ ਮੈਨੂੰ ਪੁੱਛਿਆ ਅੱਜ ਹੀ ਕੀ ਖਾਸ ਗੱਲ ਹੈ ਕਹਿੰਦੇ ਕਹਿੰਦੇ ਮੈਨੂੰ ਲੱਗਾ ਕਿ ਇਰਾਦਾ ਸਰੀਰ ਸੁੱਕਣ ਲੱਗਾ ਠੀਕ ਹੁਣ ਜੀ ਜਿਵੇਂ ਉਹ ਡੱਲ ਤੇ ਸੁੱਕੀ ਸੁੱਕੀ ਹੋ ਗਈ ਸੀ ਮੇਰੀਆਂ ਬਾਹਾਂ ਤੇ ਆਪਣੇ ਨõ ਰਗੜਾਉਂਦੇ ਬੋਲੀ ਦਿਨ ਤੇ ਵਕਤ ਖਾਸ ਨਹੀਂ ਹੁੰਦਾ ਕੋਈ ਗੱਲ ਅਜਿਹੀ ਹੁੰਦੀ ਹੈ ਜਿਨ੍ਹਾਂ ਦੇ ਸਹਾਰੇ ਕੋਈ ਦਿਨ ਜਾਂ ਪਲ ਯਾਦ ਚ ਉਲਝ ਕੇ ਰਹਿ ਜਾਂਦਾ ਮੈਂ ਚਾਹਨੀ ਆ ਇਹ ਹਨੇਰੀ ਤੇ ਸੁਨਸਾਨ ਕਾਟੀ ਅੱਜ ਦੀ ਗੱਲ ਦੀ ਗਵਾਹ ਰਹੀ ਇਸ ਅੱਧੀ ਰਾਤ ਦਾ ਬੀਤਦਾ ਹੋਇਆ ਪਲ ਯਾਦ ਚ ਉਲਝਿਆ ਰਹਿ ਜਾਏ ਫਿਰ ਇੱਕ ਡੂੰਗਾ ਸਾਹ ਲੈ ਕੇ ਬੋਲੀ ਤਿਲਕ ਮੈਂ ਅੱਜ ਤੱਕ ਸਭ ਸੁਣਦੀ ਰਹੀ ਹਾਂ ਹੁਣ ਮੈਂ ਹੀ ਬੋਲਦੀ ਜਾਵਾਂਗੀ ਮੇਰੀ ਜ਼ਿੰਦਗੀ ਬਗੈਰ ਮੰਜ਼ਿਲ ਦੇ ਚਲਦੀ ਰਹੀ ਹੈ ਮੈਂ ਅਜੇ ਤੱਕ ਰਾਹੀਰ ਮੇਰਾ ਪੜਾਓ ਕਿਤੇ ਵੀ ਨਹੀਂ ਇਹਨਾਂ ਪਹਾੜੀ ਰਸਤਿਆਂ 'ਚ ਲੋਕ ਜਿਵੇਂ ਪੈਦਲ ਚੱਲਦੇ ਹਨ ਉੰਜ ਹੀ ਮੈਂ ਅੱਜ ਤੱਕ ਚੱਲਦੀ ਰਹੀ ਹਾਂ ਰਸਤੇ 'ਚ ਕੋਈ ਗੰਦੀ ਚਾਹ ਦੀ ਦੁਕਾਨ ਆ ਗਈ ਤਾਂ ਲੋਕ ਉੱਥੇ ਵੀ ਰੁੱਕ ਕੇ ਚਾਹ ਦੀ ਇੱਕ ਪਿਆਲੀ ਪੀ ਲੈਂਦੇ ਹਨ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੁੰਦਾ ਹੋ ਸਕਦਾ ਮੈਂ ਕਿਹਾ ਇਰਾ ਮੈਨੂੰ ਤੱਕਣ ਲੱਗੀ ਕੀ ਮਤਲਬ ਹਰ ਗੱਲ ਨੂੰ ਆਦਰਸ਼ ਦੇ ਪਰਦੇ 'ਚ ਰੱਖੇ ਨਾ ਵੇਖੋ ਤਿਲਕ ਗੰਦੀ ਚੀਜ਼ ਤੇ ਵੀ ਪਰਦਾ ਪਾ ਦਿਓ ਤਾਂ ਉਹਦੀ ਝਿਲਮਿਲਾਹਟ ਖੂਬਸੂਰਤ ਲੱਗਦੀ ਹੈ ਆਦਰਸ਼ ਦਾ ਜਾਮਾ ਜ਼ਿੰਦਗੀ ਨੂੰ ਨਾ ਪਾਓ ਇਹ ਮੇਰੇ ਤੋਂ ਨਹੀਂ ਸਹਿ ਜਾਂਦਾ ਇਰਾ ਆਖਰ ਤੂੰ ਚਾਹੁੰਦੀ ਕੀ ਹੈ ਜਾਂ ਹੁਣ ਤੱਕ ਕੀ ਚਾਹੁੰਦੀ ਰਹੀ ਹੈ ਸੱਚ-ਸੱਚ ਦੱਸੀ ਮੈਂ ਪੁੱਛਿਆ ਹਿਰਾਨ ਨੇ ਬੜੇ ਪਿਆਰ ਨਾਲ ਮੇਰੇ ਵੱਲ ਵੇਖਿਆ ਹਨੇਰੀ ਰਾਤ ਚ ਉਹਦੀਆਂ ਪੁਤਲੀਆਂ ਮੋਤੀ ਜੀਆਂ ਤਿਲ ਛਿਲ ਮਿਲਾ ਰਹੀਆਂ ਸਨ ਨੇੜੇ ਖਿਸਕਦੇ ਹੋਏ ਉਹਨੇ ਕਿਹਾ ਤਿਲ ਆਪਣੀ ਬਾਹ ਮੇਰੇ ਤੇ ਰੱਖ ਲੈ ਜਾਂ ਮੇਰੀ ਬਾਹ ਫੜ ਕੇ ਪੁੱਛ ਉਹੀ ਗੱਲ ਕਹਿੰਦੇ ਕਹਿੰਦੇ ਉਹਦੀ ਆਵਾਜ਼ ਭਿੱਜ ਜੀ ਗਈ ਇੱਕ ਪਲ ਖਾਮੋਸ਼ ਰਹਿ ਕੇ ਉਹ ਬੋਲੀ ਇਹ ਬਾਹ ਸੌ ਹੁੰਦੀ ਹੈ ਤਿਲ ਇਸ ਤੋਂ ਬਾਅਦ ਝੂਠ ਨਹੀਂ ਬੋਲਿਆ ਜਾਂਦਾ ਤੇ ਫਿਰ ਜਵੇਂ ਰਾਤ ਦੇ ਅੰਦਰ ਰੁਕਿਆ ਹੋਇਆ ਸਚਾਈ ਦਾ ਚਰਨਾ ਫੁੱਟ ਗਿਆ ਮੈਂ ਨਾ ਜੰਗਲਾਂ ਨੂੰ ਪਹਾੜਾਂ ਨੂੰ ਨਦੀਆਂ ਚਰਨਿਆਂ ਤੇ ਝੀਲਾਂ ਨੂੰ ਪਿਆਰ ਨਹੀਂ ਕਰਦੀ ਬਿਲਕੁਲ ਨਹੀਂ ਮੈਨੂੰ ਫੁੱਲ ਵੀ ਚੰਗੇ ਨਹੀਂ ਲੱਗਦੇ ਐਨੇ ਕਿ ਮੈਂ ਉਹਨਾਂ ਨੂੰ ਪਿਆਰ ਕਰ ਸਕਾਂ ਨਦੀ ਇੱਕੋ ਤਰ੍ਹਾਂ ਨਾਲ ਵਹਿੰਦੀ ਤੇ ਡੁੱਬ ਜਾਂਦੀ ਹੈ ਪਹਾੜ ਇੰਜ ਹੀ ਖੜੇ ਰਹਿੰਦੇ ਹਨ ਪਰ ਮੈਨੂੰ ਯਾਦ ਆਉਂਦੀ ਹੈ ਉਹਨਾਂ ਸਵਰਾਂ ਦੀ ਜਿਨ੍ਹਾਂ 'ਚ ਪਿਆਰ ਸੀ ਤੇ ਜੋ ਹੁਣ ਡੁੱਬ ਚੁੱਕੇ ਹਨ ਸਵਰਾਂ ਦੀਆਂ ਆਤਮਾਵਾਂ ਅਜੇ ਵੀ ਮੇਰੇ ਚਾਰੇ ਪਾਸੇ ਪਟਕ ਰਹੀਆਂ ਹਨ ਤਿਲਕ ਸਿੱਧੇ ਸਿੱਧੇ ਢੰਗ ਨਾਲ ਦੱਸਾਂ ਮੈਂ ਸਿਰਫ ਇਨਸਾਨ ਨੂੰ ਪਿਆਰ ਕਰਦੀ ਹਾਂ ਸਿਰਫ ਉਸੇ ਨੂੰ ਹੀ ਕਰ ਸਕਦੀ ਹਾਂ ਇਹ ਸਾਰੀ ਕੁਦਰਤ ਮੈਨੂੰ ਚੰਗੀ ਲੱਗਦੀ ਹੈ ਪਰ ਮੈਂ ਉਹਨੂੰ ਪਿਆਰ ਨਹੀਂ ਕਰ ਪਾਉਂਦੀ ਕੋਈ ਉਸ ਚੀਜ਼ ਨੂੰ ਕਿਵੇਂ ਚਾਹ ਸਕਦਾ ਜੋ ਬਦਲੇ ਵਿੱਚ ਕੁਝ ਨਾ ਬੋਲੇ ਮੈਂ ਸੋਚ ਨਹੀਂ ਸਕਦੀ ਉਹ ਉਸ ਪ੍ਰੇਮ ਬਾਰੇ ਜੋ ਗੁੰਗਾ ਹੋਵੇ ਜੋ ਕੁਝ ਨਾ ਦੇ ਸਕੇ ਦੇਣ ਲਈ ਫਿਰ ਭਾਵੇਂ ਭੌਤਿਕ ਤੇ ਸਰੀਰਕ ਸੁੱਖ ਹੋਵੇ ਜਾਂ ਆਤਮਿਕ ਵਿਅਭਗ ਉਦਾਰਤ ਭਾਵੇਂ ਕੁਝ ਵੀ ਹੋਵੇ ਪਰ ਹੋਵੇ ਨਿਰਾਰਥਕ ਪਿਆਰ ਵਿਲਾਸ ਲੱਗਦਾ ਹੈ ਮੈਨੂੰ ਤੇ ਮੇਰੀ ਜ਼ਿੰਦਗੀ ਦੀ ਤਰਾਸਤੀ ਸਿਰਫ ਇਹੀ ਰਹੀ ਹੈ ਕਿ ਮੈਨੂੰ ਨਿਰਾਰਥਕ ਪਿਆਰ ਹੀ ਮਿਲਿਆ ਜੋ ਵੀ ਮੇਰੀ ਜ਼ਿੰਦਗੀ ਚ ਆਇਆ ਉਹਨੇ ਇਹੀ ਵਿਲਾਸ ਮੇਰੇ ਨਾਲ ਕੀਤਾ ਕਿਉਂ ਕੋਈ ਵੀ ਮੈਨੂੰ ਖੁੱਲਕੇ ਨਹੀਂ ਕਹਿ ਸਕਿਆ ਕਿ ਜ਼ਿੰਦਗੀ ਦੀਆਂ ਸ਼ਰਤਾਂ ਪਿਆਰ ਤੋਂ ਵੱਡੀਆਂ ਹੁੰਦੀਆਂ ਹਨ ਸਾਰੇ ਇਹੀ ਕਹਿੰਦੇ ਰਹੇ ਕਿ ਪਿਆਰ ਜ਼ਿੰਦਗੀ ਤੋਂ ਵੱਡਾ ਹੁੰਦਾ ਹੈ ਪਰ ਪਿਆਰ ਨੂੰ ਜ਼ਿੰਦਗੀ ਮੁਤਾਬਕ ਕਦੇ ਕੱਟਦੇ ਸਿਉਂਦੇ ਤੇ ਉਧੇੜਦੇ ਰਹੇ ਇੰਨਾ ਕਹਿ ਕੇ ਇਰਾ ਕੁਝ ਦੇਰ ਲਈ ਚੁੱਪ ਹੋ ਗਈ ਮੈਂ ਉਹਦਾ ਕੰਬਦਾ ਹੋਇਆ ਹੱਥ ਆਪਣੇ ਹੱਥ 'ਚ ਲੈ ਲਿਆ ਇੰਨੀ ਦੇਰ ਬੈਠਣ ਕਾਰਨ ਰਾਤ ਹੁਣ ਰਾਤ ਵਰਗੀ ਨਹੀਂ ਲੱਗ ਰਹੀ ਸੀ ਪੱਛਮ ਦੀਆਂ ਚੋਟੀਆਂ ਤੇ ਕੁਝ ਸੰਘਣੇ ਬੱਦਲ ਖੇਰੇ ਸਨ ਤੇ ਘਾਟੀ ਦਾ ਪੱਛਮੀ ਕੋਨਾ ਕੰਬਦਾ ਜਿਹਾ ਲੱਗ ਰਿਹਾ ਸੀ ਘਾ ਦੇ ਉਸ ਮੈਦਾਨ 'ਚ ਵੀ ਤਰਤੀਬੀਆਂ ਨੰਗੀਆਂ ਚਟਾਨਾਂ ਮੂੰਹ ਚੁੱਕੇ ਜਿਵੇਂ ਕਿਸੇ ਸੱਚਾਈ ਨੂੰ ਜਾਣਨ ਲਈ ਖਾਮੋਸ਼ ਖਲੋਤੀਆਂ ਸਨ ਪੈਰਾ ਹੇਠ ਦੇਵਦਾਰ ਦੀ ਰੌਸ਼ਨੀ ਤੇ ਸੇ ਦੇ ਕੰਡੇ ਵਰਗੀਆਂ ਪੱਤੀਆਂ ਦਾ ਬਿਸਤਰਾ ਸੀ ਜਿਨ੍ਹਾਂ ਤੋਂ ਬੜੀ ਸੌਂ ਦੀ ਮਹਿਕ ਫੁੱਟ ਰਹੀ ਸੀ ਨਦੀ ਦਾ ਪਾਣੀ ਟੁੱਟੀ ਹੋਈ ਵੀਣਾ ਦੇ ਤਾਰ ਵਾਂਗ ਝੰਝਨਾ ਰਿਹਾ ਸੀ ਪੰਛੀ ਖામੋਜ ਸਨ ਲਿੱਦਰਵਟ ਦਾ ਪਹਾੜ ਕਿਸੇ ਵਿਸ਼ਾਲ ਡਬਲ ਰੋਟੀ ਦੇ ਕੱਟੇ ਹੋਏ ਟੁਕੜਿਆਂ ਵਾਂਗ ਜ਼ਮੀਨ ਤੇ ਖੜਾ ਸੀ ਤੇ ਚੀਨੀਆਂ ਦੀਆਂ ਦਾੜ੍ਹੀ ਮੁੱਛਾਂ ਵਾਂਗ ਕਿਧਰੇ ਕਿਧਰੇ ਲੰਮੀ ਘਾਉਗੀ ਹੋਈ ਸੀ ਚੀੜ ਤੇ ਦੇਵਦਾਰ ਦੇ ਤਰਖਤ ਸਟੇ ਹੋਏ ਖੜੇ ਸਨ ਸਿਰਫ ਬਾਹਾਂ ਫੜਨ ਦੀ ਧੀਰ ਸੀ ਖਾਮੋਸ਼ ਸੱਚਾਈਆਂ ਉਸ ਵਿੱਚ ਫੁੱਟਣ ਲੱਗਦੀਆਂ ਸਾਰਿਆਂ ਨੇ ਵਿਲਾਸ ਕੀਤਾ ਮੇਰੇ ਨਾਲ ਇਰਾਂ ਨੇ ਇੱਕ ਹੀ ਕਹਿ ਦਿੱਤਾ ਸੀ ਮੈਂ ਪਰਤਾਂ ਨੂੰ ਉਦੇੜ ਦੇਣਾ ਚਾਹੁੰਦਾ ਸੀ ਪਿੱਠ ਤੇ ਰੱਖਿਆ ਮੇਰਾ ਹੱਥ ਜਿਵੇਂ ਸੰਗ ਮਰਮਰ ਤੇ ਥਰ-ਥਰ ਆ ਰਿਹਾ ਸੀ ਦਿਵਦਾਰ ਦੀਆਂ ਪੱਤੀਆਂ ਤੇ ਬਿਸਤਰੇ ਵਾਂਗ ਚਿਕਨੀ ਦੇਹ ਤੋਂ ਬੜੀ ਮਹਿਕ ਫੁੱਟ ਰਹੀ ਸੀ ਤੇ ਨਦੀ ਦਾ ਪਾਣੀ ਚਟਾਨਾਂ ਤੇ ਖਾਮੋਸ਼ ਪਛਾੜਾਂ ਖਾ ਰਿਹਾ ਸੀ ਜਿਹਦੀ ਚਰਨਾਟ ਮੈਂ ਉਹਦੀ ਪਿੱਠ ਤੇ ਮਹਿਸੂਸ ਕਰ ਰਿਹਾ ਸੀ ਸਾਰਾ ਕੁਝ ਮੇਰੀ ਅੱਖਾਂ ਸਾਹਮਣੇ ਅੱਜ ਵੀ ਜਿਉਂ ਜਿਉਂ ਦਰਦ ਤੇ ਘੁੰਮ ਰਿਹਾ ਹੈ ਉਸ ਸਨਸੁਨੀ ਘਾਟੀ 'ਚ ਚਟਾਨਾਂ ਤੇ ਬੈਠੇ ਬੈਠੇ ਇਨਾਂ ਨੇ ਆਪਣੀ ਕਹਾਣੀ ਸੁਣਾਈ ਸੀ ਕਹਾਣੀ ਇਸ ਲਈ ਕਹਿ ਰਿਆਂ ਕਿ ਉਹਨੇ ਸੱਚਾਈ ਬਿਆਨ ਕੀਤੀ ਸੀ ਜ਼ਿੰਦਗੀ ਬਦਸੂਰਤ ਵੀ ਹੋ ਸਕਦੀ ਹੈ ਪਰ ਜ਼ਿੰਦਗੀ ਦੀ ਬਦਸੂਰਤੀ ਕਹਾਣੀ ਵਿੱਚ ਸੱਚਾਈਆਂ ਸਾਹਮਣੇ ਰੂਬਰੂ ਖੜੀ ਹੋ ਕੇ ਨਵੇਂ ਅਰਥ ਦੇਣ ਲੱਗਦੀ ਹੈ ਇਸ ਲਈ ਕਹਾਣੀਆਂ ਵੱਡੀਆਂ ਹਨ ਜੋ ਸਦੀਆਂ ਤੋਂ ਜਿਉ ਰਹੀਆਂ ਹਨ ਤੇ ਜ਼ਿੰਦਗੀ ਛੋਟੀ ਹੁੰਦੀ ਹੈ ਕਿਉਂਕਿ ਉਮਰ ਨਾਲ ਉਹਦਾ ਸਾਹ ਔਖੜ ਜਾਂਦਾ ਹੈ ਅੱਜ ਜ਼ਿੰਦਗੀ ਦੀਆਂ ਸੱਚਾਈਆਂ ਪਲਾਂ 'ਚੋਂ ਗੁਜ਼ਰਦੀਆਂ ਹਨ ਤੇ ਕਦੀ ਕਈ-ਕਈ ਸੱਚਾਈਆਂ ਇਕੱਠੀਆਂ ਹੀ ਸਮਾਨੰਤਰ ਚੱਲਦੀਆਂ ਹਨ ਤਾੜ ਦੇ ਬਿਰਛਾ ਵਾਂਗ ਸੱਚ ਸਮਾਨੰਤਰ ਖੜੇ ਹਨ ਜਿਨ੍ਹਾਂ ਤੋਂ ਬੜੀਆਂ ਬਣਾਈਆਂ ਸੱਚਾਈਆਂ ਤੋਂ ਪਰੇ ਜਿੰਨਾ ਹੀ ਝੂਠਾ ਜੀਵਨ ਜੀਵਿਆ ਉਹਨੀਆਂ ਨਵੀਆਂ ਸੱਚਾਈਆਂ ਦਾ ਸਾਹਮਣਾ ਉਹਨੇ ਕੀਤਾ ਨਨੁਇਰਾ ਦੀ ਜੀਵਨ ਗਾਥਾ ਇੱਕ ਜਈ ਝੂਠ ਤੋਂ ਵੱਧ ਹੋਰ ਕੁਝ ਨਹੀਂ ਲੱਗੀ ਸੀ ਇਸ ਲਈ ਅੱਜ ਉਹਦੀ ਅੰਦਰੂਨੀ ਇਮਾਨਦਾਰੀ ਨੂੰ ਪੇਸ਼ ਕਰਦੇ ਹੋਏ ਮੇਰੇ ਹੱਥ ਕੰਬ ਰਹੇ ਹਨ ਇੰਜ ਲੱਗਦਾ ਕਿ ਜੇ ਮੈਂ ਉਸ ਬਣੇ ਬਣਾਏ ਸੱਚ ਦੇ ਆਧਾਰ ਤੇ ਉਸ ਬਾਰੇ ਸਭ ਕੁਝ ਸੱਚ-ਸੱਚ ਲਿਖ ਦਿੱਤਾ ਤਾਂ ਉਸ ਦੀ ਜਿੰਦਾ ਜਾਂ ਮਰਤਕ ਆਤਮਾ ਨੂੰ ਬੜਾ ਸਦਮਾ ਪਹੁੰਚੇਗਾ ਇਸ ਲਈ ਸਭ ਕੁਝ ਝੂਠ ਲਿਖਣ ਤੇ ਉਤਾਰੂ ਹਾਂ ਜੋ ਕਿ ਬਦਸੂਰਤ ਹੀ ਹੋ ਸਕਦਾ ਹੈ ਪਰ ਚੋਂ ਕਿ ਇਹਨੂੰ ਕਹਾਣੀ ਦੀ ਸ਼ਕਲ ਦੇ ਰਹੇ ਆ ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਬਦਸੂਰਤੀ ਕੁਝ ਹੋਰ ਹੀ ਅਰਥ ਦੇਣ ਲਈ ਮਜਬੂਰ ਹੋਏਗੀ ਕਿਉਂਕਿ ਜੋ ਕੁਝ ਖੂਬਸੂਰਤ ਹੈ ਉਹਨੂੰ ਸੱਚ ਕਰਕੇ ਸਵੀਕਾਰਿਆ ਜਾ ਚੁੱਕਾ ਹੈ ਤੇ ਜੋ ਕੁਝ ਹੁਣ ਤੱਕ ਸਵੀਕਾਰਿਆ ਜਾ ਚੁੱਕਾ ਹੈ ਸਿਰਫ ਉਹੀ ਜ਼ਿੰਦਗੀ ਨੂੰ ਮਾਪਣ ਦਾ ਪੈਮਾਨਾ ਨਹੀਂ ਹੋ ਸਕਦਾ ਸਵੀਕਾਰੇ ਗਏ ਸੱਚ ਦੇ ਪੈਮਾਨਿਆਂ ਨਾਲ ਅੱਜ ਦੀ ਜ਼ਿੰਦਗੀ ਮਾਪੀ ਨਹੀਂ ਜਾ ਸਕਦੀ ਨੈਕਸਟ ਉਹਨੇ ਕਿਹਾ ਸੀ ਤਿਲਕ ਮੈਨੂੰ ਬਾਹਾਂ ਚ ਕੱਸ ਲੈ ਤਮੈਂ ਸਭ ਕੁਝ ਸੱਚ ਸੱਚ ਦੱਸ ਦੇਵਾਂਗੀ ਜੇ ਮੇਰੇ ਤੋਂ ਪਰੇ ਹੋ ਕੇ ਬੈਠੋਗੇ ਤਾਂ ਮੈਂ ਨਾਟਕ ਕਰਾਂਗੀ ਇੰਨਾ ਵਧੀਆ ਅਭਿਨੈ ਕਰ ਸਕਦੀ ਆ ਕਿ ਤੁਸੀਂ ਭੁਲਾਵੇ ਚ ਪੈ ਜਾਓਗੇ ਕਿ ਮੈਂ ਅਣਜਾਣੇ ਵਿੱਚ ਹੀ ਤੁਹਾਡੇ ਨਾਲ ਧੋਖਾ ਕਰਾਂਗੀ ਮੇਰਾ ਕਸੂਰ ਨਹੀਂ ਹੋਏਗਾ ਤਿਲਕ ਤੁਸੀਂ ਮੇਰੀਆਂ ਗੱਲਾਂ ਦੇ ਜਾਲ ਚ ਫਸ ਕੇ ਸਮਝੋਗੇ ਕਿ ਮੇਰੇ ਜੀਵਨ ਚ ਤੁਹਾਡੇ ਸਿਵਾ ਕੋਈ ਹੋਰ ਅਜੇ ਤੱਕ ਆਇਆ ਹੀ ਨਹੀਂ ਸੱਚਮੁੱਚ ਕਦੇ ਕਦੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਇਹ ਅਭਿਨੈ ਕਿਵੇਂ ਕਰ ਲੈਨੀ ਆ ਮੇਰੀ ਆਤਮਾ ਦਾ ਕੋਨਾ ਕੋਨਾ ਯਾਦਾਂ ਨਾਲ ਭਰਿਆ ਹੋਇਆ ਹੈ। ਮੇਰੀਆਂ ਅੱਖਾਂ 'ਚ ਹਰ ਉਸ ਆਦਮੀ ਦੀ ਤਸਵੀਰ ਹੈ ਜਿਸ ਨਾਲ ਮੈਂ ਥੋੜੇ ਜਿਹੇ ਦਿਨ ਵੀ ਗੁਜ਼ਾਰੇ ਹਨ। ਤੇ ਜਦੋਂ ਵੀ ਉਹਨੇ ਮੈਨੂੰ ਬਾਹਾਂ 'ਚ ਲੈ ਕੇ ਪਿਆਰ ਨਾਲ ਪੁੱਛਿਆ, "ਇਰਾ ਤੂੰ ਹੁਣ ਕਿੱਥੇ, ਹੁਣ ਤੱਕ ਕਿੱਥੇ ਸੀ? ਤੂੰ ਕਿਸੇ ਨੂੰ ਪਿਆਰ ਕਿਉਂ ਨਹੀਂ ਕੀਤਾ? ਸ਼ਾਇਦ ਤੂੰ ਮੇਰੇ ਲਈ ਸੀ।" ਉਦੋਂ ਤਿਲ ਕੋਦੋਂ ਮੈਂ ਹਮੇਸ਼ਾ ਸਭ ਕੁਝ ਦੱਸ ਦੇਣ ਦੀ ਕੋਸ਼ਿਸ਼ ਕੀਤੀ ਤੇ ਇਹ ਸਮਝਿਆ ਕਿ ਮੇਰੀਆਂ ਸਾਰੀਆਂ ਖਾਮੀਆਂ ਨਾਲ ਉਮਰ ਭਰ ਸਾਥ ਨਹੀਂ ਨਿਭਾਏਗਾ। ਪਰ ਇੰਜ ਕਦੇ ਨਹੀਂ ਹੋਇਆ। ਮੈਂ ਹਰ ਵਾਰੀ ਇਕੱਲੀ ਰਹਿ ਗਈ ਬੜੀਆਂ ਡੂੰਘੀਆਂ ਸੱਟਾਂ ਲੱਗੀਆਂ ਹਨ ਮੈਨੂੰ ਤੇ ਉਹਨਾਂ ਸੱਟਾਂ ਦਾ ਲਹੂ ਹੁਣ ਤਾਂ ਕਿਤੇ ਅੰਦਰ ਹੀ ਚਟਾਨਾਂ ਵਾਂਗ ਜੰਮ ਗਿਆ ਹੈ ਅਜੋਨਾ ਲਹੂ ਭਰੀਆਂ ਚਟਾਨਾਂ ਤੇ ਮੈਂ ਕਿਸੇ ਨੂੰ ਵੀ ਸੁਆ ਸਕਦੀ ਹਾਂ ਪਰ ਮੇਰੀ ਕਮਜ਼ੋਰੀ ਇਹ ਹੀ ਹੈ ਕਿ ਆਦਮੀ ਦੇ ਸਿਵਾ ਮੈਂ ਕਿਸੇ ਨੂੰ ਹੋਰ ਪਿਆਰ ਕਰੀ ਨਹੀਂ ਸਕਦੀ ਇਸ ਲਈ ਝੂਠ ਵੀ ਨਹੀਂ ਬੋਲਿਆ ਜਾਂਦਾ ਇਰਾ ਦੀ ਇੱਕ ਇੱਕ ਗੱਲ ਰਹਿ ਰਹਿ ਕੇ ਯਾਦ ਆਉਂਦੀ ਹੈ ਉਹਨੇ ਦੱਸਿਆ ਸੀ ਕਿ ਮੈਂ ਉਦੋਂ ਛੁੱਟੀ ਗਈ ਸੀ 15 ਜਾਂ 16 ਸਾਲ ਦੀ ਉਦੋਂ ਦੁਨੀਆ ਬੜੀ ਚੰਗੀ ਲੱਗਦੀ ਸੀ ਹਰ ਪਾਸੇ ਤਾਜ਼ਗੀ ਤੇ ਰੰਗ ਨਜ਼ਰ ਆਉਂਦੇ ਸਨ ਮੈਂ तितਲੀ ਵਾਂਗ ਉੱਡਦੀ ਫਿਰਦੀ ਸੀ ਕਾਲਜ 'ਚ ਪਹੁੰਚਦੇ ਮੇਰੇ ਸੁਪਨੇ ਬਦਲਣ ਲੱਗੇ ਮੈਨੂੰ ਆਪਣੇ ਸਰੀਰ ਦਾ ਅਹਿਸਾਸ ਹੋਇਆ ਵੇਖਣ ਵਾਲਿਆਂ ਦੀਆਂ ਅੱਖਾਂ ਮੈਨੂੰ ਖੂਬਸੂਰਤੀ ਦਾ ਅਹਿਸਾਸ ਕਰਾਉਂਦੀਆਂ ਸੀ ਮੈਨੂੰ ਆਪਣੇ ਸਰੀਰ ਤੋਂ ਕੁਝ ਕੁਝ ਡਰ ਲੱਗਣ ਲੱਗ ਪਿਆ ਸੀ ਮੈਨੂੰ ਕੀ ਹੁੰਦਾ ਜਾ ਰਿਹਾ ਸੀ ਮੇਰੀ ਹਰ ਸਵੇਰ ਕੁਝ ਕੁਝ ਬਦਲਦੀ ਨਜ਼ਰ ਆਉਂਦੀ ਸੀ ਮੇਰੇ ਵਾਲਾਂ ਵਿੱਚ ਰੇਸ਼ਮੀਪਣ ਆ ਰਿਹਾ ਸੀ ਤੇ ਅੱਖਾਂ ਦੇ ਕਿਨਾਰੇ ਨਦੀ ਦੇ ਖੰਡਿਆਂ ਵਾਂਗ ਭਿੱਜ ਕੇ ਖੁੱਲਦੇ ਜਾ ਰਹੇ ਸਨ ਬਾਵਾ ਚੰਦਨ ਦੀ ਲੱਕੜ ਵਾਂਗ ਚਿਕਨੀਆਂ ਤੇ ਖੁਸ਼ਬੂਦਾਰ ਹੁੰਦੀਆਂ ਜਾਂਦੀਆਂ ਸਨ ਮੇਰੀ ਦੁਨੀਆ 'ਚ ਬੜੀਆਂ ਰੰਗीन ਕਲਪਨਾਵਾਂ ਖੰਭ ਖਿਲਾਰ-ਖਿਲਾਰ ਕੇ ਦਾਖਲ ਹੁੰਦੀਆਂ ਜਾ ਰਹੀਆਂ ਸਨ ਉਦੋਂ ਮੈਨੂੰ ਲੱਗਾ ਕਿ ਦਾਦੀ ਕੋਲੋਂ ਸੁਣੀਆਂ ਕਹਾਣੀਆਂ ਮੇਰੇ ਜੀਵਨ ਵਿੱਚ ਵੀ ਘਟਿਤ ਹੋਣਗੀਆਂ ਕੋਈ ਇੱਕ ਰਾਜਕੁਮਾਰ ਆਏਗਾ ਤੇ ਰੰਗ ਭਰੀ ਦੁਨੀਆ ਦੇ ਕਿਸੇ ਕਾਂਤ 'ਚ ਮੈਨੂੰ ਚੁੱਕ ਕੇ ਲੈ ਜਾਏਗਾ ਇੱਕ ਨਵਾਂ ਸੰਸਾਰ ਮੇਰੇ ਸਾਹਮਣੇ ਹੋਏਗਾ ਤਾਂ ਮੈਂ ਖੰਭ ਖਿਲਾਰ ਕੇ ਉਸ ਵਿੱਚ ਮੁਕਤ ਹੋ ਕੇ ਵਿਚਰਾਂਗੀ ਉਦੋਂ ਹਰ ਉਮਰ ਦਾ ਮੁੰਡਾ ਮੈਨੂੰ ਅਜਿਆਂ ਹੀ ਰਾਜਕੁਮਾਰ ਲੱਗਦਾ ਸੀ ਤੇ ਮੈਂ ਨਜ਼ਰਾਂ ਚੁਰਾ ਚੁਰਾ ਕੇ ਹਰ ਮੁੰਡੇ ਵੱਲ ਵੇਖਦੀ ਸੀ ਉਹਦੇ ਸੁਪਨੇ ਬੁਣਦੀ ਸੀ ਸੁਪਨਿਆਂ ਵਿੱਚ ਉਹੀ ਮੇਰਾ ਰਾਜਕੁਮਾਰ ਬਣ ਕੇ ਆਉਂਦਾ ਸੀ ਨੀਲੇ ਆਕਾਸ਼ ਦੀਆਂ ਉਚਾਈਆਂ ਤੋਂ ਉਤਰਦਾ ਸੀ ਤੇ ਮੈਂ ਫੁੱਲਾਂ ਨਾਲ ਸਜ ਕੇ ਉਹਦਾ ਸਵਾਗਤ ਕਰਦੀ ਸੀ ਸਵੇਰੇ ਉੱਠ ਕੇ ਮੈਂ ਉਹਦੀਆਂ ਕਈਆਂ ਹੋਈਆਂ ਗੱਲਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੀ ਸੀ ਪਰ ਕੁਝ ਵੀ yaad ਨਹੀਂ ਰਹਿੰਦਾ ਸੀ ਬਸ ਘਟਨਾਵਾਂ ਦੇ ਧੁੰਦਲੇ ਜਿਹੇ ਪਰਛਾਵੇਂ ਹੀ ਯਾਦ ਰਹਿ ਜਾਂਦੇ ਸਰ ਉਸ ਵਕਤ ਮੇਰਾ ਇੱਕ ਰੱਬ ਸੀ ਜਿਹੜਾ ਨੀਲੇ ਅਸਮਾਨ ਦੇ ਉੱਤੇ ਰਹਿੰਦਾ ਸੀ ਤੇ ਮੇਰੀ ਹਰ ਗੱਲ ਨੂੰ ਵੇਖਦਾ ਤੇ ਨੋਟ ਕਰਦਾ ਸੀ ਸੁਪਨਿਆਂ 'ਚ ਕਿਸੇ ਰਾਜਕੁਮਾਰ ਨੇ ਮੈਨੂੰ ਛੋਹਿਆ ਨਹੀਂ ਸਿਰਫ ਉਹਦੀ ਛੋਹ ਦੀ ਕਲਪਨਾ ਨਾਲ ਹੀ ਮੇਰੇ ਸਰੀਰ 'ਚ ਰੋਮਾਂਸ ਭਰ ਆਉਂਦਾ ਸੀ ਬਸ ਅਸੀਂ ਇੱਕ ਦੂਜੇ ਨੂੰ ਵੇਖਦੇ ਤੇ ਗੱਲਾਂ ਕਰਿਆ ਕਰਦੇ ਸਾਂ ਤਿਲਕ ਕਦੇ-ਕਦੇ ਤਾਂ ਜਾਗਦੇ ਹੋਏ ਵੀ ਸੁਪਨੇ ਨਜ਼ਰ ਆਉਣ ਲੱਗਦੇ ਹਨ ਮੇਰਾ ਜਿਸਮ ਪਸੀਨੇ ਨਾਲ ਲਤਪਤ ਹੋ ਜਾਂਦਾ ਸੀ ਉਦੋਂ ਉੱਠ ਕੇ ਮੈਂ ਕਈ ਘੰਟੇ ਛੱਤ ਤੇ ਘੁੰਮਦੀ ਰਹਿੰਦੀ ਸੀ ਤੇ ਸਿਤਾਰਿਆਂ ਦੀ ਚਿਲਮਿਲਾਟ ਵੇਖਦੀ ਰਹਿੰਦੀ ਸੀ ਇੱਕ ਰਾਜਕੁਮਾਰ ਨੇ ਮੈਨੂੰ ਮੇਰਾ ਸਿਤਾਰਾ ਵਿਖਾਇਆ ਸੀ ਸਭ ਤੋਂ ਵੱਡਾ ਸਿਤਾਰਾ ਜੋ ਭਿੱਜੀ ਅੱਖਾਂ 'ਚ ਚਮਕ ਰਿਹਾ ਸੀ ਅੱਜ ਮੈਨੂੰ ਸੱਚਮੁੱਚ ਲੱਗਦਾ ਹੈ ਕਿ ਉਹ ਸਿਤਾਰਾ ਭਾਵੇਂ ਮੇਰਾ ਨਹੀਂ ਰਿਹਾ ਪਰ ਉਹਦਾ ਸਰਾਪ ਮੇਰੇ ਜੀਵਨ ਦਾ ਸਰਾਪ ਜ਼ਰੂਰ ਬਣਿਆ ਹੈ ਮੈਂ ਉੱਪਰ ਵਾਲੇ ਕਮਰੇ 'ਚ ਰਹਿੰਦੀ ਸੀ ਮੇਰੀ ਆਤਮਾ ਨਿਰਵਿਗਨ ਹੋ ਕੇ ਫੈਲ ਜਾਣਾ ਚਾਹੁੰਦੀ ਸੀ ਹਰ ਕਲਾ ਨਾਲ ਮੈਂ ਸੰਗੀਤ ਵੀ ਸਿੱਖਦੀ ਸੀ ਤੇ ਨ੍ਰਿਤ ਵੀ ਰੰਗਾਂ ਦੇ ਨਾਲ ਮਾਨਸਿਕ ਭਾਵਨਾਵਾਂ ਦੇ ਚਿੱਤਰ ਅੰਕਿਤ ਕਰਨ ਦੀ ਕੋਸ਼ਿਸ਼ ਕਰਦੀ ਸੀ ਤੇ ਸ਼ੀਸ਼ੇ ਅੱਗੇ ਖੜੀ ਹੋ ਕੇ ਕਾਫੀ ਦੇਰ ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਸੀ ਮੈਂ ਇੱਕ ਪਾਸੇ ਆਪਣੇ ਆਪ 'ਚ ਡੁੱਬਦੀ ਜਾਂਦੀ ਸੀ ਦੂਜੇ ਪਾਸੇ ਮੇਰੀ ਕਲਾ ਮੈਨੂੰ ਦੂਸਰਿਆਂ ਕੋਲ ਲੈ ਕੇ ਜਾ ਰਹੀ ਸੀ ਉਦੋਂ ਮੈਂ ਇੱਕ ਨਾਟਕ ਲਿਖਿਆ ਸੁਪਨਿਆਂ ਦਾ ਰਾਜਕੁਮਾਰ ਸਾਡੀ ਪੱਤਰਕਾ ਚੋਂ छਪਿਆ ਉਸ ਤੋਂ ਬਾਅਦ ਮੈਂ ਕਈ ਨਾਟਕ ਲਿਖੇ ਕਿਉਂਕਿ ਮੈਂ ਦੁਨੀਆ 'ਚ ਹਰ ਇੱਕ ਨਾਲ ਸਿੱਧੇ ਸਿੱਧੇ ਗੱਲ ਕਰਨਾ ਚਾਹੁੰਦੀ ਸੀ ਤੇ ਇਹ ਨਾਟਕ ਵਿੱਚ ਹੀ ਹੋ ਸਕਦਾ ਸੀ ਸਲਾਨਾ ਜਲਸੇ 'ਚ ਕਾਲਜ ਦੀਆਂ ਸਹੇਲੀਆਂ ਨੇ ਮਿਲ ਕੇ ਉਹ ਨਾਟਕ ਖੇਡਿਆ ਉਹੀ ਪਹਿਲੇ ਵਾਲਾ ਉਸ 'ਚ ਮੈਂ ਰਾਜਕੁਮਾਰੀ ਬਣੀ ਸੀ ਤਿਲਕ ਕਾਲੀਦਾਸ ਦੀ ਸ਼ਕੁੰਤਲਾ ਵੰਗ ਭੋਲੀ ਤੇ ਲੱਜਾਸ਼ੀਲ ਤੇ ਸੱਚਮੁੱਚ ਜਦੋਂ ਮੇਰੀ ਇੱਕ ਸਹੇਲੀ ਰਾਜਕੁਮਾਰ ਦਾ ਵੇਸ ਧਾਰ ਕੇ ਮੰਚ 'ਤੇ ਆਈ ਆ ਮੈਨੂੰ ਪਸੀਨੇ ਆਉਣ ਲੱਗ ਪਏ ਮੇਰਾ ਮਨ ਕੰਬਣ ਲੱਗ ਪਿਆ ਸਰੀਰ ਦਾ ਇੱਕ ਇੱਕ ਅੰਗ ਰਮंचित ਤੇ ਕਮਜ਼ੋਰ ਪੈ ਗਿਆ ਸੁੱਕੇ ਹੋਏ ਸੰਗ ਨਾਲ ਮੈਂ ਆਪਣੇ ਲਿਖੇ ਹੋਏ ਸੰਵਾਦ ਕਹੇ ਸਨ ਤਿਲਕ ਬੜਾ ਜੀਵ ਜੈ ਅਹਿਸਾਸ ਹੋਇਆ ਸੀ ਕਈ ਹਫ਼ਤੇ ਮੇਰਾ ਰੋਮ ਰੋਮ ਰਮंचित ਹੁੰਦਾ ਰਿਹਾ ਸੰਗ ਸੁੱਕਦਾ ਰਿਹਾ ਤੇ ਮਨ ਨੀਲੀ ਅਸਮਾਨਾਂ ਚ ਭਟਕਦਾ ਰਿਹਾ ਫੁੱਲਾਂ ਦੇ ਗਹਿਣੇ ਪਾ ਕੇ ਮੈਂ ਘੁੰਮੀ ਤੁਸੀਂ ਹੱਸੋਗੇ ਮੇਰੀਆਂ ਇਹ ਨਾ ਬਚਪਨਈ ਭਰੀਆਂ ਗੱਲਾਂ ਤੇ ਪਰ ਸੱਚ ਦੱਸਾਂ ਉਹ ਦਿਨ ਮੈਨੂੰ ਭੁੱਲਦੇ ਨਹੀਂ ਇਮਤਿਹਾਨ ਖਤਮ ਹੋ ਗਏ ਸਨ ਗਰਮੀਆਂ ਆ ਗਈਆਂ ਸਨ ਕਦੇ-ਕਦੇ ਕੱਲੀ ਮੈਂ ਬੇਲਾਂ ਤੇ ਮੋਤੀਏ ਦੇ ਗਹਿਣਿਆਂ ਚ ਆਪਣੇ ਆਪ ਨੂੰ ਸਜਾ ਕੇ ਘੰਡਿਆਂ ਬੱਧੀ ਖੁੱਲੀ ਛੱਤ ਤੇ ਅੱਖਾਂ ਬੰਦ ਕੀਤੀ ਬੈਠੀ ਰਹਿੰਦੀ ਸੀ ਇਸ ਉਡੀਕ ਵਿੱਚ ਕਿ ਸ਼ਾਇਦ ਕੋਈ ਆ ਕੇ ਮੈਨੂੰ ਛੂ ਲਵੇ ਅੱਖਾਂ ਬੰਦ ਕੀਤੇ ਮੈਂ ਸੁਪਨਿਆਂ ਦੇ ਰਾਜਕੁਮਾਰ ਦੀ ਛੂਹ ਮਹਿਸੂਸ ਕਰਦੀ ਮੇਰੇ ਸਰੀਰ ਵਿੱਚ ਗੁਦਗੁਦੀ ਹੁੰਦੀ ਰਹਿੰਦੀ ਉਦੋਂ ਮੈਂ ਆਪਣਾ ਮੂੰਹ ਆਪਣੇ ਗੋਡਿਆਂ 'ਚ ਲੈ ਲੈਂਦੀ ਕਦੇ-ਕਦੇ ਮੈਂ ਬਹੁਤ ਰੋਂਦੀ ਸੀ ਕਿਉਂਕਿ ਇਹ ਮੈਨੂੰ ਨਹੀਂ ਪਤਾ ਉਹ ਰੋਣਾ ਵੀ ਕਿਹੋ ਜਿਹਾ ਸੀ ਅੱਜ ਦੇ ਇਹਨਾਂ ਹੰਝੂਆਂ ਵਰਗਾ ਖਾਰਾਪਨ ਉਹ ਤੋਂ ਨਹੀਂ ਸੀ ਮੇਰੇ ਸੁੱਕਦੇ ਜਾਂਦੇ ਬੁੱਲ ਢਲਕਤੇ ਬੁੱਲ ਢਲਕ ਆਏ ਹੰਝੂਆਂ ਨਾਲ ਨਮ ਤੇ ਚਿਕਨੇ ਹੋ ਜਾਂਦੇ ਸਨ ਤੇ ਰਾਤ ਨੂੰ ਮੈਂ ਅਮਲਤਾਸ ਦੇ ਗੁੱਛਿਆਂ ਨਾਲ ਆਪਣਾ ਬਿਸਤਰਾ ਪਰ ਲੈਂਦੀ ਸੀ ਚਾਰੇ ਪਾਸੇ ਅਮਲਤਾਸ ਮੈਂ ਇੱਕ ਦਾ ਸੀ ਤੇ ਮੈਂ ਬੇਸੁੱਧ ਹੋਈ ਸੁੱਤੀ ਰਹਿੰਦੀ ਸੀ ਮੰਮੀ ਨਹੀਂ ਸੀ ਮੇਰੀ ਦਿਲ ਮੈਂ ਨੌਕਰਾਨੀਆਂ ਦੇ ਹੱਥ ਭਲੀ ਸੀ ਡੈਡੀ ਆਮੀ ਵਿੱਚ ਸਨ ਧੰਨਵਾਦ